ਹੈਲੋ ਗਾਈਸ, ਵੈਲਕਮ ਟੂ DD ਅਕੈਡਮੀ। ਆਪਣੀ CDP ਦੀ ਜੋ ਸੀਰੀਜ਼ ਚੱਲ ਰਹੀ ਹੈ, ਜਿਹਦੇ ਵਿੱਚ ਆਪਾਂ ਤੁਹਾਡੇ MCQs ਡਿਸਕਸ ਕਰ ਰਹੇ ਹਾਂ। ਹੁਣ ਤੱਕ ਜਿੰਨੇ ਵੀ ਪ੍ਰੀਵੀਅਸ ਪੇਪਰ ਦੇ ਵਿੱਚ ਪੰਜਾਬ ਟੈਟ ਦੇ ਪੇਪਰ ਦੇ ਵਿੱਚ ਤੁਹਾਡੇ CDP ਸੈਕਸ਼ਨ ਦੇ ਵਿੱਚ ਜਿੰਨੇ ਵੀ ਪ੍ਰਸ਼ਨ ਆ ਚੁੱਕੇ ਨੇ, ਆਪਾਂ ਉਹ ਡਿਸਕਸ ਕਰ ਰਹੇ ਹਾਂ ਨਾ। ਤਾਂ ਤੁਹਾਡੀ 2 ਵੀਡੀਓਜ਼ ਆਲਰੇਡੀ ਹੋ ਚੁੱਕੀਆਂ ਨੇ ਜੀ, ਅੱਜ ਆਪਣੀ 3rd ਵੀਡੀਓ ਹੋਏਗੀ। ਅਤੇ ਜੇਕਰ ਤੁਸੀਂ ਫਸਟ ਟਾਈਮ ਚੈਨਲ ਨੂੰ ਵਿਜ਼ਿਟ ਕਰ ਰਹੇ ਹੋ ਤਾਂ ਕੀ ਕਰਨਾ, ਤੁਸੀਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀ ਜੋ ਵੀਡੀਓਜ਼ ਨੇ ਉਹਨਾਂ ਦਾ ਜਿਹੜਾ ਹੈਗੀ ਅਪਡੇਸ਼ਨ ਮਿਲਦੀ ਰਹੇ। ਠੀਕ ਹੈ, ਤੁਸੀਂ ਕੀ ਆਪਣੀ ਜਿਹੜੀ ਤਿਆਰੀ ਹੈ ਜੇ ਸਾਡੇ ਦੇ ਨਾਲ ਕੀ ਕੰਟੀਨਿਊ ਕਰ ਸਕੋ, ਤਾਂ ਇਹਦੇ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੈਣਾ। ਠੀਕ ਹੈ, ਤਾਂ ਫਿਰ ਕਰੀਏ ਆਪਾਂ ਅੱਜ ਦੇ ਕੁਸ਼ਚਨਸ ਨੂੰ ਸ਼ੁਰੂ। ਤਾਂ ਇਹ ਨੇ ਤੁਹਾਡੇ ਜੀ ਅੱਜ ਦੇ ਕੁਝ MCQs। ਠੀਕ ਹੈ, ਤਾਂ ਪਹਿਲਾ ਪ੍ਰਸ਼ਨ ਤੁਹਾਡਾ ਹੈਗਾ ਜੀ, ਦਾ ਗਿਫਟਡ ਚਾਈਲਡ, ਹੋਣਹਾਰ ਬੱਚਾ ਜੋ ਗਿਫਟਡ ਚਾਈਲਡ ਹੁੰਦਾ ਜੀ, ਉਹ ਕੀ ਹੁੰਦਾ? ਠੀਕ ਹੈ, ਇਹ ਪੁੱਛਿਆ ਗਿਆ ਤੁਹਾਡੇ ਤੋਂ, ਗਿਫਟਡ ਚਾਈਲਡ ਕਿਹਨੂੰ ਬੋਲਾਂਗੇ ਆਪਾਂ? ਤਾਂ ਤੁਹਾਡੇ ਕੋਲ ਇੱਥੇ ਕੁਝ ਆਪਸ਼ਨਸ ਨੇ, ਲਰਨਰ ਰੈਪਿਡਲੀ ਐਂਡ ਈਜ਼ੀਲੀ, ਉਹ ਬੱਚਾ ਜਿਹੜਾ ਕੀ ਹੈ ਬੜਾ ਤੇਜ਼ੀ ਦੇ ਨਾਲ ਸਿੱਖ ਜੇ ਅਤੇ ਕੁਇਕਲੀ ਸਿੱਖ ਲੇ, ਆਸਾਨੀ ਦੇ ਨਾਲ ਚੀਜ਼ਾਂ ਸਿੱਖ ਜੇ, ਕਿ ਉਹਨੂੰ ਬੋਲਦੇ ਹਾਂ ਆਪਾਂ ਗਿਫਟਡ ਬੱਚਾ। ਜਾਂ ਰਿਟੇਨ ਵਟ ਹੀ ਸ਼ੀ ਹੈਜ਼ ਹੇਅਰਡ ਔਰ ਰੀਡ ਵਿਦਆਊਟ ਮੱਚ ਰੋਡ ਡਰੇਨ, ਉਹ ਬੱਚਾ ਜਿਹੜਾ ਕੀ ਹੈ ਜੀ, ਬਿਨਾਂ ਕਿਸੇ ਮਤਲਬ ਕਿ ਜਦੋਂ ਵੀ ਉਹਨੇ ਕੋਈ ਚੀਜ਼ ਸੁਣ ਲਈ ਆ, ਹੈ ਨਾ, ਸੁਣ ਕੇ ਕੀ ਹੈ, ਉਸੇ ਬਾਅਦ ਕੀ ਹੈ ਚੀਜ਼ਾਂ ਨੂੰ ਕੀ ਕਰ ਰਿਹਾ, ਉਹਨੇ ਗੇਨ ਕਰ ਲਿਆ, ਹੈ ਨਾ, ਕੋਈ ਫਾਲਤੂ ਦਾ ਰੱਟੇਬਾਜ਼ੀ ਨਹੀਂ ਕਰ ਰਿਹਾ। ਸੁਣ ਕੇ ਜਿਹੜਾ ਕਿ ਉਹਨੇ ਕੀ ਜਲਦੀ ਈਜ਼ੀਲੀ ਜਸ ਪੜ੍ਹ ਕੇ ਕੀ ਹੈ ਚੀਜ਼ਾਂ ਸਿੱਖ ਲਈਆਂ। ਉਸ ਤੋਂ ਬਾਅਦ ਰੀਜ਼ਨ ਸਿੰਗਸ ਆਊਟ, ਜਿਹੜਾ ਕਿ ਜੇ ਕਿੱਦਾਂ ਚੀਜ਼ਾਂ ਦੇ ਉੱਪਰ ਕੀ ਕਰਦਾ, ਤਰਕ ਕਰਦਾ, ਕਿ ਉਹਨੂੰ ਬੋਲਦੇ ਹਾਂ ਆਪਾਂ ਅਟੈਂਪਟਸ ਟੂ ਸਟਿਮੂਲਾਈ ਫੋਰ ਅ ਸ਼ੋਰਟਰ ਪੀਰੀਅਡ। ਠੀਕ ਹੈ, ਜਿਹੜਾ ਬੱਚਾ ਥੋੜ੍ਹੇ ਸਮੇਂ ਦੇ ਵਿੱਚ ਕੀ ਹੁੰਦਾ, ਉਤੇਜਨਾ ਵਿੱਚ ਸ਼ਾਮਿਲ ਹੋ ਜਾਂਦਾ, ਜਲਦੀ ਸਿੱਖਣ ਦੇ ਲਈ ਆਪਣੇ ਆਪ ਨੂੰ ਕੀ ਕਰ ਲੈਂਦਾ, ਪ੍ਰੇਰਿਤ ਕਰ ਲੈਂਦਾ, ਆਪਣੇ ਆਪ ਨੂੰ ਉਤਸ਼ਾਹਿਤ ਕਰ ਲੈਂਦਾ, ਜਲਦੀ ਆਪਣੇ ਆਪ ਨੂੰ ਸ਼ਾਮਿਲ ਕਰ ਲੈਂਦਾ ਲਰਨਿੰਗ ਦੇ ਵਿੱਚ। ਹੁਣ ਇਹਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਤੁਹਾਡੀ ਸਾਰੀ ਦੀਆਂ ਸਾਰੀਆਂ ਆਪਸ਼ਨਸ ਹੀ ਪੋਜ਼ਿਟਿਵ ਨੇ, ਹੈ ਨਾ, ਤਾਂ ਆਲਮੋਸਟ ਹੈਗੇ। ਬਟ ਆਪਾਂ ਨੇ ਫਿਰ ਇਹਦੇ ਵਿੱਚ ਹੁਣ ਇੱਕ ਚੂਜ਼ ਕਰਨੀ, ਤਾਂ ਆਪਾਂ ਉਹ ਐਪਰੋਪ੍ਰੀਏਟ ਚੂਜ਼ ਕਰਾਂਗੇ ਜਿਹੜੀ ਤੁਹਾਡੇ ਕੀ ਆਲ ਓਵਰ ਸਾਰੇ ਏਰੀਆਜ਼ ਨੂੰ ਕਵਰ ਕਰ ਰਹੀ ਹੋਵੇ, ਹੈ ਨਾ। ਤਾਂ ਇੱਥੇ ਫਿਰ ਤੁਹਾਡਾ ਜਿਹੜਾ ਰਾਈਟ ਆਂਸਰ ਬਣਦਾ ਨਾ ਜੀ, ਤਾਂ ਤੁਹਾਡਾ ਰਾਈਟ ਆਂਸਰ ਬਣਦਾ ਹੈਗਾ, ਹਾਂਜੀ, ਰਾਈਟ ਆਂਸਰ ਬਣਦਾ ਆਪਣਾ ਆਪਸ਼ਨ ਨੰਬਰ ਡੀ, ਅਟੈਂਪਟਸ ਟੂ ਸਟਿਮੂਲਾਈ ਫੋਰ ਅ ਸ਼ੋਰਟਰ ਪੀਰੀਅਡ। ਜਿਹੜਾ ਬੱਚਾ ਕੀ ਹੈ ਜਲਦੀ, ਠੀਕ ਹੈ, ਆਪਣੇ ਆਪ ਨੂੰ ਕੀ ਹੈ ਸਿੱਖਣ ਦੇ ਵਿੱਚ ਕੀ ਕਰ ਲੈਂਦਾ, ਆਪਣੇ ਸਿੱਖਣ ਦਾ ਜੋ ਆਪਣਾ ਪ੍ਰੋਸੈਸ ਹੈ ਉਹਦੇ ਵਿੱਚ ਆਪਣੇ ਆਪ ਨੂੰ ਜਲਦੀ ਸ਼ਾਮਿਲ ਕਰ ਲੈਂਦਾ, ਉਹ ਹੁੰਦਾ ਤੁਹਾਡਾ ਗਿਫਟਡ ਬੱਚਾ। ਠੀਕ ਹੈ, ਗਿਫਟਡ ਚਾਈਲਡ ਜਿਹੜਾ ਕਿ ਸਿੱਖਣ ਦੇ ਲਈ ਆਪਣੇ ਆਪ ਨੂੰ ਜਲਦੀ ਰੈਡੀ ਕਰ ਲੈਂਦਾ, ਜਲਦੀ ਸਿੱਖਣ ਦੇ ਲਈ ਤਿਆਰ ਹੋ ਜਾਂਦਾ। ਠੀਕ ਹੈ, ਤਾਂ ਜੇਕਰ ਹੁਣ ਉਹ ਸਿੱਖਣ ਦੇ ਲਈ ਦੇਖੋ ਤਿਆਰ ਹੈ, ਤਾਂ ਬਾਕੀ ਦੀਆਂ ਸਾਰੀਆਂ ਚੀਜ਼ਾਂ ਉਹਨੂੰ ਆਪਣੇ ਆਪ ਆ ਜਾਣਗੀਆਂ। ਹੁਣ ਜੇ ਬੱਚਾ ਸਿੱਖਣ ਦੇ ਲਈ ਤਿਆਰ ਹੀ ਹੈ ਤਾਂ ਫਿਰ ਸਿੱਖ ਵੀ ਜਾਊਗਾ, ਹੈ ਨਾ, ਤਾਂ ਬਾਕੀ ਦੀਆਂ ਕੁਆਲਿਟੀਜ਼ ਉਹਦੇ ਅੰਦਰ ਆ ਹੀ ਜਾਣਗੀਆਂ। ਤਾਂ ਸਭ ਤੋਂ ਗਿਫਟਡ ਬੱਚਾ ਆਪਾਂ ਉਹਨੂੰ ਬੋਲਾਂਗੇ ਜਿਹੜਾ ਸਿੱਖਣ ਦੇ ਵਿੱਚ ਆਪਣੇ ਆਪ ਨੂੰ ਜਲਦੀ ਇੰਜੇਜ ਕਰ ਲੈਂਦਾ, ਜਲਦੀ ਆਪਣੇ ਆਪ ਨੂੰ ਸ਼ਾਮਿਲ ਕਰ ਲੈਂਦਾ। ਸੋ ਅਟੈਂਪਟਸ ਟੂ ਸਟਿਮੂਲਾਈ ਫੋਰ ਅ ਸ਼ੋਰਟਰ ਪੀਰੀਅਡ ਤੁਹਾਡਾ ਆਏਗਾ ਇਸ ਦਾ ਰਾਈਟ ਆਂਸਰ, ਥੋੜ੍ਹੇ ਸਮੇਂ ਲਈ ਉਤੇਜਨਾ ਵਿੱਚ ਸ਼ਾਮਿਲ ਹੁੰਦਾ। ਠੀਕ ਹੈ, ਚਲੋ ਇਸ ਤੋਂ ਬਾਅਦ ਆ ਗਿਆ ਤੁਹਾਡਾ ਨੈਕਸਟ ਪ੍ਰਸ਼ਨ। ਅਗਲਾ ਪ੍ਰਸ਼ਨ ਹੈਗਾ ਜੀ ਆਪਣਾ, ਸਲੋ ਲਰਨਰਸ ਹੂਜ਼ ਐਜੂਕੇਸ਼ਨਲ ਅਟੇਨਮੈਂਟ ਫਾਲ ਬਿਲੋ ਦੇਅਰ ਨੈਚੁਰਲ abilities are labeled, already discuss ਕਰ ਚੁੱਕੇ ਹਾਂ ਜੀ ਆਪਾਂ ਇਸ ਪ੍ਰਸ਼ਨ ਨੂੰ। ਠੀਕ ਹੈ, ਸਲੋ ਲਰਨਰਸ ਨੇ, ਠੀਕ ਹੈ, ਜਿਹੜੇ ਕੀ ਹੈ ਜੀ ਕਿਸੇ ਨਾ ਕਿਸੇ ਨੈਚੁਰਲ ਐਬਿਲਿਟੀ ਦੇ ਕਾਰਨ ਕੀ ਹੈ ਪਿੱਛੇ ਰਹਿ ਜਾਂਦੇ ਆ, ਤਾਂ ਉਹਨਾਂ ਨੂੰ ਕਿਸ ਲੇਵਲ ਆਪਾਂ ਕੀ ਕਹਿੰਦੇ, ਉਹਨਾਂ ਨੂੰ ਕੀ ਲੇਵਲ ਦਿੰਦੇ ਹਾਂ, ਉਹਨਾਂ ਨੂੰ ਆਪਾਂ ਤਾਂ ਉਹਨਾਂ ਨੂੰ ਦਿੰਦੇ ਆਪਾਂ ਜੀ ਤੁਹਾਡਾ ਆਪਸ਼ਨ ਨੰਬਰ ਏ, ਤੁਹਾਡਾ ਇਸ ਦਾ ਸਹੀ ਆਂਸਰ ਸੀਗਾ ਆਲਰੇਡੀ ਆਪਣਾ ਪਹਿਲਾਂ ਵਾਲੀ ਜੋ ਤੁਹਾਡੀ ਪ੍ਰੀਵੀਅਸ ਕਲਾਸ ਹੈ ਜੀ ਉਹਦੇ ਵਿੱਚ ਡਿਸਕਸ ਹੋ ਚੁੱਕਿਆ। ਸੋ ਆਪਸ਼ਨ ਨੰਬਰ ਏ ਆਪਣਾ ਜਿਹੜਾ ਹੈਗਾ ਇਸ ਦਾ ਸਹੀ ਆਂਸਰ, ਬੈਕਵਰਡ। ਠੀਕ ਹੈ ਜੀ, ਕਿਸੇ ਨਾ ਕਿਸੇ ਨੈਚੁਰਲ ਐਬਿਲਿਟੀ ਦੇ ਕਾਰਨ ਹੀ ਕੀ ਹੈ ਬੱਚੇ ਦੇ ਅੰਦਰ ਸਿੱਖਣ ਤੋਂ ਕੀ ਉਹ ਪਛੜ ਰਿਹਾ, ਪਿੱਛੇ ਰਹਿ ਰਿਹਾ, ਤਾਂ ਉਹਨਾਂ ਨੂੰ ਪਿਛੜੇ, ਬੈਕਵਰਡਸ ਬੋਲਾਂਗੇ। ਠੀਕ ਹੈ, ਨੈਕਸਟ ਆ ਗਿਆ ਤੁਹਾਡਾ ਅਗਲਾ ਪ੍ਰਸ਼ਨ।
ਹਾਂਜੀ, ਅਗਲਾ ਪ੍ਰਸ਼ਨ, ਵੈਨ ਆਰ ਡਿਲੀਵਰਿੰਗ ਐਨ ਇਫੈਕਟਿਵ ਲੈਕਚਰਰ? ਠੀਕ ਹੈ, ਇੱਕ ਇਫੈਕਟਿਵ ਲੈਕਚਰ ਦੇਣਾ ਕਲਾਸਰੂਮ ਦੇ ਵਿੱਚ ਤਾਂ ਟੀਚਰ ਕੀ ਚੀਜ਼ ਕਰੇਗਾ? ਠੀਕ ਹੈ, ਉਹ ਇਸਟੈਬਲਿਸ਼ ਕਰੇਗਾ ਆਈ ਕੋਂਟੈਕਟ ਬੱਚਿਆਂ ਦੇ ਨਾਲ, ਕਿ ਅੱਖਾਂ ਦਾ ਸੰਪਰਕ ਬਣਾਏਗਾ, ਜਾਂ ਫਿਰ ਮੀਨਿੰਗਫੁਲ ਗੈਸਚਰਸ ਦਾ ਪ੍ਰਯੋਗ ਕਰੇ, ਹਾਵ ਭਾਵ, ਠੀਕ ਹੈ, ਮੀਨਿੰਗਫੁਲ ਮਤਲਬ ਜਿਹਦੇ ਤੋਂ ਕੀ ਹੈ ਬੱਚਾ ਕੀ ਹੈ ਸੁਣਨ ਦੇ ਨਾਲ ਨਾਲ ਤੁਹਾਡੇ ਐਕਸਪ੍ਰੈਸ਼ਨਸ ਨੂੰ ਦੇਖ ਕੇ, ਠੀਕ ਹੈ, ਤੁਹਾਡੇ ਹਾਵ ਭਾਵ ਤੋਂ ਕੀ ਚੀਜ਼ਾਂ ਨੂੰ ਸਮਝੇ ਇਸ ਚੀਜ਼ ਦਾ, ਜਾਂ ਫਿਰ ਸਟੈਂਡ ਸਟੇਸ਼ਨਰੀ ਐਟ ਅ ਲੈਕਚਰ ਸਟੈਂਡ, ਆਪਣੇ ਲੈਕਚਰ ਸਟੈਂਡ ਦੇ ਕੋਲ ਜਾ ਕੇ ਨਾਲ ਕੀ ਹੈ ਢੇਰ ਸਾਰਾ ਸਮਾਨ ਲੈ ਕੇ ਆਵੇ, ਜਿਹਦੇ ਨਾਲ ਕੀ ਹੈ ਬੱਚੇ ਨੂੰ ਉਹ ਸਿਖਾਉਣ ਦੇ ਵਿੱਚ ਕੀ ਹੈ ਮਦਦ ਕਰੇਗਾ, ਠੀਕ ਹੈ, ਵੇਰੀ ਪਿੱਚ ਐਂਡ ਟੋਨ, ਠੀਕ ਹੈ, ਪਿੱਚ ਅਤੇ ਟੋਨ ਦੇ ਵਿੱਚ ਬਦਲਾਵ ਲੈ ਕੇ ਆਉਣਾ ਤਾਂ ਇਹ ਵੀ ਹੋ ਚੁੱਕਿਆ ਆਪਣਾ, ਤਾਂ ਇਹਦਾ ਆਂਸਰ ਕੀ ਆਏਗਾ ਤੁਹਾਡਾ? ਰਾਈਟ ਆਂਸਰ ਬਣ ਜਾਏਗਾ ਜੀ ਤੁਹਾਡਾ ਆਪਸ਼ਨ ਨੰਬਰ ਬੀ, ਇੰਪਲੋਇਜ ਮੀਨਿੰਗਫੁਲ ਗੈਸਚਰ। ਠੀਕ ਹੈ ਜੀ, ਇਸ ਤੋਂ ਬਾਅਦ ਵੱਧਦੇ ਹਾਂ ਆਪਾਂ ਨੈਕਸਟ ਪ੍ਰਸ਼ਨ ਵੱਲ, ਅਤੇ ਅਗਲਾ ਪ੍ਰਸ਼ਨ ਹੈਗਾ ਜੀ ਆਪਣਾ, ਹਾਂਜੀ, give an example of media that transport to remote places by means of visualized report as, theek hai, educational television, educational broadcast, ya overhead projector, ya fir telephone, theek hai, hun mass media da toda ki ek ajeha ਮੈਸ ਮੀਡੀਆ ਦਾ ਜਿਹੜਾ ਕਿ ਇੱਕ ਅਜਿਹਾ ਆਪਾਂ ਕਹਿ ਲਈਏ ਤੁਹਾਡੇ ਉਦਾਹਰਣ ਕਹਿ ਸਕਦੇ, ਜਿਹਦੇ ਨਾਲ ਕਿ ਬੱਚਾ ਕੀ ਹੈ ਦੂਰ ਦੁਰੇੜੇ ਤੋਂ ਵੀ ਕੀ ਹੈ ਐਜੂਕੇਸ਼ਨ ਨੂੰ ਕੀ ਕਰ ਲਏ, ਹਾਸਿਲ ਕਰ ਲਏ, ਤਾਂ ਉਹ ਕੀ ਤੁਹਾਡਾ ਉਸਦੇ ਲਈ ਕਿਹੜਾ ਕਿਸ ਚੀਜ਼, ਕਿਹੜੀ ਐਗਜ਼ਾਮਪਲ ਸਹੀ ਬੈਠੇਗੀ, ਐਜੂਕੇਸ਼ਨਲ ਤੁਹਾਡਾ ਕੀ ਆ ਜਾਏਗਾ ਟੈਲੀਵਿਜ਼ਨ, ਜਾਂ ਫਿਰ ਐਜੂਕੇਸ਼ਨਲ ਬ੍ਰੌਡਕਾਸਟ, ਜਾਂ ਫਿਰ ਓਵਰਹੈੱਡ ਪ੍ਰੋਜੈਕਟ, ਜਾਂ ਫਿਰ ਟੈਲੀਫੋਨ। ਤਾਂ ਜਿਹੜੇ ਬੱਚਾ ਕੀ ਹੈ ਦੂਰ ਦੁਰੇੜੇ ਤੋਂ ਵੀ ਕੀ ਐਜੂਕੇਸ਼ਨ ਲੈਣਾ ਚਾਹੁੰਦਾ ਤਾਂ ਉਹਨੂੰ ਮਿਲ ਜੇ, ਤਾਂ ਉਹਦੇ ਲਈ ਤੁਹਾਡਾ ਸਹੀ ਆਂਸਰ ਬਣ ਜਾਏਗਾ ਜੀ ਆਪਣਾ, ਤਾਂ ਇਹਦੇ ਲਈ ਆਪਣਾ ਸਹੀ ਆਂਸਰ ਬਣ ਜਾਏਗਾ ਤੁਹਾਡਾ ਆਪਸ਼ਨ ਨੰਬਰ ਏ, ਤੁਹਾਡਾ ਸਹੀ ਆਂਸਰ ਹੈ ਜੀ ਐਜੂਕੇਸ਼ਨਲ ਟੈਲੀਵਿਜ਼ਨ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਪ੍ਰਸ਼ਨ ਦੇ ਵੱਲ। ਅਗਲਾ ਪ੍ਰਸ਼ਨ ਹੈਗਾ ਕਮਿਊਨੀਕੇਸ਼ਨ ਵਿਦ ਸਟੂਡੈਂਟ ਮੀਨਸ, ਬੱਚੇ ਦੇ ਨਾਲ ਗੱਲਬਾਤ ਕਰਨ ਦਾ ਮਤਲਬ ਕੀ ਹੈ? ਠੀਕ ਹੈ, ਤਾਂ ਕੀ ਚੀਜ਼ ਹੈ ਜੀ ਤੁਹਾਡਾ ਸੰਚਾਰ? ਆਸਕਿੰਗ ਦੈਮ ਟੂ ਡੂ ਅ ਟਾਸਕ, ਪੁੱਛਣਾ ਉਹਦੇ ਤੋਂ ਵੀ ਜਿਹੜਾ ਕੰਮ ਤੈਨੂੰ ਦਿੱਤਾ ਗਿਆ ਸੀ ਵੀ ਭਾਈ ਕਰ ਲਿਆ। ਠੀਕ ਹੈ, ਐਕਸਚੇਂਜ ਆਫ ਆਈਡੀਆਜ਼, ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ। ਗਿਵਿੰਗ ਦੈਮ ਡਾਇਰੈਕਸ਼ਨ, ਉਹਨਾਂ ਨੂੰ ਇੱਕ ਨਿਰਦੇਸ਼ ਦੇਣਾ, ਉਹਨਾਂ ਨੂੰ ਇੱਕ ਦਿਸ਼ਾ ਦਿਖਾਉਣੀ, ਜਾਂ ਫਿਰ ਇਨਫੋਰਮਿੰਗ ਦੈਮ ਆਫ ਯੂਅਰ ਆਈਡੀਆਜ਼, ਉਹਨਾਂ ਨੂੰ ਆਪਦੇ ਵਿਚਾਰਾਂ ਬਾਰੇ ਦੱਸਣਾ ਵੀ ਮੇਰੇ ਅੰਦਰ ਕੀ ਚੱਲ ਰਿਹਾ। ਤਾਂ ਫਿਰ ਇਹਦਾ ਸਹੀ ਆਂਸਰ ਕੀ ਬਣ ਜਾਏਗਾ ਤੁਹਾਡਾ? ਕਮਿਊਨੀਕੇਸ਼ਨ ਦਾ ਮਤਲਬ ਕੀ ਹੁੰਦਾ ਹੈ? ਤਾਂ ਬੈਸਟ ਕਮਿਊਨੀਕੇਸ਼ਨ ਕਿਹੜੀ ਹੁੰਦੀ ਹੈ ਤੁਹਾਡੀ? ਉਹ ਕਮਿਊਨੀਕੇਸ਼ਨ ਜਿਹੜੀ ਦੋਨਾਂ ਸਾਈਡ ਤੋਂ ਹੋ ਰਹੀ ਹੋਵੇ, ਦੋਨੇ ਧਿਰ ਕੀ ਹੋਣ ਉਹਦੇ ਵਿੱਚ ਐਕਟਿਵ ਹੋਣ, ਨਾ ਕਿ ਇੱਕ ਐਕਟਿਵ ਹੋਵੇ ਦੂਜਾ ਪੈਸਿਵ ਹੋਵੇ। ਐਕਟਿਵ ਪੈਸਿਵ ਦਾ ਮਤਲਬ ਕੀ ਹੁੰਦਾ? ਹੁਣ ਇੱਕ ਤਾਂ ਬੋਲ ਰਿਹਾ, ਦੂਜਾ ਸੁਣ ਰਿਹਾ, ਤਾਂ ਜਿਹੜਾ ਬੋਲ ਰਿਹਾ ਉਹ ਐਕਟਿਵ ਹੈ, ਜਿਹੜਾ ਸੁਣ ਰਿਹਾ ਜੀ ਉਹ ਪੈਸਿਵ ਹੈ। ਤਾਂ ਕਮਿਊਨੀਕੇਸ਼ਨ, ਬੈਸਟ ਕਮਿਊਨੀਕੇਸ਼ਨ ਹੁੰਦੀ ਹੈ ਤੁਹਾਡੀ ਟੂ ਵੇ ਕਮਿਊਨੀਕੇਸ਼ਨ, ਜਿਹਦੇ ਵਿੱਚ ਦੋਨੇ ਧਿਰ ਕੀ ਨੇ ਐਕਟਿਵ ਨੇ। ਤਾਂ ਠੀਕ ਹੈ, ਤਾਂ ਫਿਰ ਕਮਿਊਨੀਕੇਸ਼ਨ ਕਿਹੜੀ ਬੈਟਰ ਹੈ? ਜਿਹਦੇ ਵਿੱਚ ਆਈਡੀਆਜ਼ ਐਕਸਚੇਂਜ ਹੋਣ। ਐਕਸਚੇਂਜ ਕਦੋਂ ਹੋਣਗੀਆਂ? ਉੱਧਰੋਂ ਵੀ ਕੋਈ ਬੋਲ ਰਿਹਾ, ਇੱਧਰੋਂ ਵੀ ਕੋਈ ਬੋਲ ਰਿਹਾ। ਠੀਕ ਹੈ, ਤਾਂ ਤੁਸੀਂ ਆਦਾਨ ਪ੍ਰਦਾਨ ਕਰ ਰਹੇ ਹੋ, ਉਹ ਤੁਹਾਡੇ ਸੁਣ ਰਹੇ, ਤੁਸੀਂ ਉਹਨੂੰ ਦੱਸ ਰਹੇ ਹੋ ਕੁਛ, ਤਾਂ ਇੱਥੇ ਆ ਜਾਊਗਾ ਤੁਹਾਡਾ ਐਕਸਚੇਂਜ ਆਫ ਆਈਡੀਆਜ਼। ਠੀਕ ਹੈ, ਕਮਿਊਨੀਕੇਸ਼ਨ ਦਾ ਸਹੀ ਮਤਲਬ ਹੈਗਾ ਤੁਹਾਡਾ ਵੀ ਐਕਸਚੇਂਜ ਕਰਨਾ, ਆਪਣੇ ਵਿਚਾਰਾਂ ਨੂੰ ਦੂਜਿਆਂ ਨੂੰ ਦੱਸਣਾ ਅਤੇ ਦੂਜੇ ਦੇ ਵਿਚਾਰਾਂ ਨੂੰ ਖੁਦ ਲੈਣਾ। ਠੀਕ ਹੈ, ਸਮਝਣਾ, ਤਾਂ ਇਹਦਾ ਆਂਸਰ ਆ ਗਿਆ ਤੁਹਾਡਾ ਬੀ ਆਪਸ਼ਨ। ਇਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਵੱਲ, ਅਤੇ ਅਗਲਾ ਪ੍ਰਸ਼ਨ ਹੈਗਾ ਜੀ ਤੁਹਾਡਾ ਦ ਫਸਟ ਸਟੇਜ ਇਨ ਆ ਲਰਨਿੰਗ ਆਫ ਅ ਸਕਿੱਲ। ਠੀਕ ਹੈ, ਤਾਂ ਤੁਹਾਡਾ ਪਹਿਲਾ ਪੜਾਅ ਕੀ ਹੈ ਜੀ ਸਿੱਖਣ ਦਾ? ਸ਼ੁੱਧਤਾ, ਪ੍ਰੀਸੀਜ਼ਨ, ਮੈਨੀਪੂਲੇਸ਼ਨ, ਹੇਰਾਫੇਰੀ, ਕੋਆਰਡੀਨੇਸ਼ਨ, ਜਾਂ ਫਿਰ ਇਮੀਟੇਸ਼ਨ। ਤਾਂ ਸਿੱਖਣ ਦਾ ਸਭ ਤੋਂ ਪਹਿਲਾ ਪੜਾਅ ਕਿਹੜਾ ਹੁੰਦਾ ਜੀ ਆਪਣਾ? ਸਿੱਖਣ ਦਾ ਤੁਹਾਡਾ ਸਭ ਤੋਂ ਪਹਿਲਾ ਪੜਾਅ ਆਜੂਗਾ ਜੀ ਆਪਣਾ ਇਮੀਟੇਸ਼ਨ। ਆਪਾਂ ਸਿੱਖਦੀਆਂ ਸਭ ਤੋਂ ਪਹਿਲਾਂ ਕਿੱਦਾਂ ਸਿੱਖਦੇ? ਪਹਿਲਾਂ ਹੀ ਨਹੀਂ ਆਪਣੇ ਜਿਹੜਾ ਕਿ ਹੁੰਦਾ ਦਿਮਾਗ ਚੱਲ ਪੈਂਦਾ। ਤਾਂ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਸਿੱਖਦੇ ਹਾਂ, ਜਦੋਂ ਬੱਚੇ ਦਾ ਜਨਮ ਹੁੰਦਾ,
ਠੀਕ ਹੈ। ਤਾਂ ਜਦੋਂ ਉਹ ਸੁਰਤ ਸੰਭਾਲਦਾ ਤਾਂ ਜੋ ਵੀ ਚੀਜ਼ਾਂ ਸਿੱਖਦਾ ਨਾ ਉਹ ਕਿਵੇਂ ਸਿੱਖਦਾ, ਉਹ ਨਕਲ ਕਰਕੇ ਸਿੱਖਦਾ। ਤੁਸੀਂ ਜਿਵੇਂ ਦੇ ਉਹਦੇ ਸਾਹਮਣੇ ਚੀਜ਼ਾਂ ਕਰੋਗੇ ਉਵੇਂ ਚੀਜ਼ਾਂ ਤੁਹਾਨੂੰ ਦੇਖ ਕੇ ਉਹਨੇ ਵਿਚਾਰੇ ਨੇ ਕੀ ਕਰਨੇ, ਬੱਚੇ ਨੇ ਕੀ ਕਰਨੀਆਂ ਨੇ, ਸਿੱਖਣੀਆਂ ਨੇ, ਠੀਕ ਹੈ। ਤਾਂ ਜਿੱਦਾਂ ਦੇ ਤੁਹਾਡੀ ਲੈਂਗੁਏਜ ਹੋਏਗੀ, ਜਿੱਦਾਂ ਦੇ ਤੁਹਾਡੀਆਂ ਉਹਦੇ ਸਾਹਮਣੇ ਐਕਟੀਵਿਟੀਜ਼ ਹੋਣਗੀਆਂ, ਉਹ ਸਾਰੀਆਂ ਐਕਟੀਵਿਟੀਜ਼ ਨੂੰ ਖੁਦ ਫੋਲੋ ਕਰੂਗਾ। ਤਾਂ ਤੁਹਾਨੂੰ ਫੋਲੋ ਕਰ ਰਿਹਾ ਬੱਚਾ ਇੱਥੇ, ਤਾਂ ਨਕਲ ਦੇ ਨਾਲ ਸਿੱਖ ਰਿਹਾ ਇੱਥੇ, ਠੀਕ ਹੈ। ਵੱਧਦੇ ਹਾਂ ਇਸੇ ਬਾਅਦ ਅਗਲੇ ਪ੍ਰਸ਼ਨ ਵੱਲ, ਅਤੇ ਅਗਲਾ ਪ੍ਰਸ਼ਨ ਹੈਗਾ ਜੀ ਆਪਣਾ, ਹਾਂਜੀ, ਵਿਚ ਆਫ ਦ ਫੋਲੋਇੰਗ ਇਜ਼ ਨੋਟ ਐਗਜ਼ਾਮਪਲ ਆਫ ਅ ਕੰਕਰੀਟ ਕੰਸੈਪਟ। ਇਹ ਵੀ ਆਪਣਾ ਆਲਰੇਡੀ ਹੋ ਚੁੱਕਿਆ, ਚਲੋ ਆਉਣਗੇ ਅੱਗੇ ਪ੍ਰਸ਼ਨ, ਠੀਕ ਹੈ। ਐਬਿਲਿਟੀ, ਚੇਅਰ, ਫੋਰਸ ਜਾਂ ਫਿਰ ਤੁਹਾਡਾ ਮੋਸ਼ਨ, ਤਾਂ ਕਿਹੜੀ ਚੀਜ਼ ਹੈ ਜਿਹੜੀ ਕੰਕਰੀਟ ਕੋਨਸੈਪਟ ਹੈ, ਮਤਲਬ ਕਿ ਤੁਹਾਡੀ ਕੀ ਹੈ ਜੀ, ਇੱਕ ਅਮੂਰਤ ਹੈ, ਠੀਕ ਹੈ। ਕੰਕਰੀਟ ਦਾ ਮਤਲਬ ਹੁੰਦਾ ਮੂਰਤ, ਜਿਹੜੀ ਚੀਜ਼ ਆਪਾਂ ਨੂੰ ਕੀ ਹੈ ਤੁਹਾਡੀ ਦਿਖੇ, ਤਾਂ ਫਿਰ ਇਹਨਾਂ ਵਿੱਚੋਂ ਕਿਹੜੀ ਐਗਜ਼ਾਮਪਲ ਨਹੀਂ ਹੈ, ਠੀਕ ਹੈ। ਤਾਂ ਐਬਿਲਿਟੀ, ਯੋਗਤਾ ਕਿਸੇ ਦੀ ਦਿਖਦੀ ਨਹੀਂ ਹੈ ਨਾ, ਤਾਂ ਉਹ ਆਪਾਂ ਨੂੰ ਉਹਦੀ ਪਤਾ ਲੱਗਦਾ ਜਦੋਂ ਆਪਾਂ ਸਾਹਮਣੇ ਵਾਲੇ ਨਾਲ ਕੀ ਹੁੰਦਾ ਆਪਣੀ, ਮਤਲਬ ਕਿ ਉਹਦੇ ਨਾਲ ਕੀ ਆਪਾਂ ਗੱਲਬਾਤ ਕਰਦੇ ਹਾਂ ਜਾਂ ਫਿਰ ਕਾਫੀ ਟਾਈਮ ਬਾਅਦ, ਠੀਕ ਹੈ, ਉਹਦੇ ਨਾਲ ਰਹਿ ਕੇ ਪਤਾ ਚੱਲਦਾ ਵੀ ਬੰਦੇ ਦਾ ਕਿੰਨੀ ਕੁ ਯੋਗਤਾ ਉਹਦੇ ਅੰਦਰ, ਹੈ ਨਾ। ਤਾਂ ਫਿਰ ਬਾਕੀ ਸਾਰੀਆਂ ਚੀਜ਼ਾਂ ਨੇ ਉਹ ਤੁਹਾਨੂੰ ਕੀ ਨੇ, ਤੁਹਾਡੀਆਂ ਕੰਕਰੀਟ ਦੀਆਂ ਐਗਜ਼ਾਮਪਲਸ ਹੈਗੀਆਂ ਨੇ, ਇਕੱਲੀ ਐਬਿਲਿਟੀ ਨਹੀਂ ਹੈਗੀ ਜੀ, ਠੀਕ ਹੈ। ਤਾਂ ਫਿਰ ਜੇ ਪੁੱਛਿਆ ਜਾਵੇ ਆਪਾਂ ਫਿਰ ਕਾਹਦੀ ਹੈ, ਤੁਹਾਡੀ ਐਬਿਲਿਟੀ ਹੈ ਜੀ, ਫਿਰ ਇਹ ਅਬਸਟ੍ਰੈਕਟ ਕੋਨਸੈਪਟ ਹੈ ਤੁਹਾਡਾ, ਠੀਕ ਹੈ। ਇਸੇ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਵੱਲ, ਹਾਂਜੀ। ਅਗਲਾ ਪ੍ਰਸ਼ਨ ਹੈਗਾ ਤੁਹਾਡਾ, ਦਾ ਰੀਡਿੰਗ ਟੈਕਨੀਕ ਦੈਟ ਵੁੱਡ ਬੀ ਇੰਪਲੋਇਡ ਟੂ ਲੋਕੇਟ ਟਰਮ ਐਂਡ ਰੈਫਰੈਂਸ ਇਨ ਅ ਇੰਡੈਕਸ ਆਫ ਟ੍ਰੇਜ਼ਰਸ, ਠੀਕ ਹੈ। ਤਾਂ ਫਿਰ ਇਹ ਕਿਹੜੀ ਹੈ ਤੁਹਾਡੀ ਜੀ ਰੀਡਿੰਗ ਹੈ, ਜਿਹੜੀ ਕੀ ਕਰੂਗੀ ਇੱਕ ਅਜਿਹੀ ਟੈਕਨੀਕ ਜਿਹਦੇ ਨਾਲ ਕਿ ਤੁਸੀਂ ਰੈਫਰੈਂਸ, ਮਤਲਬ ਇੰਡੈਕਸ, ਮਤਲਬ ਕਿ ਸਪੈਸੀਫਿਕ ਜਿਹੜੀ ਜੋ ਜਾਣਕਾਰੀ ਹੈ ਉਹਨੂੰ ਕੀ ਕਰ ਲੈਂਦੇ, ਜੁਟਾ ਲੈਂਦੇ। ਤਾਂ ਉਹ ਕਿਹੜੀ ਰੀਡਿੰਗ ਹੁੰਦੀ ਹੈ, ਕਿ ਉਹ ਕੀ ਰੀਡਿੰਗ ਹੁੰਦੀ ਹੈ ਜਾਂ ਫਿਰ ਰੀਰੀਡਿੰਗ ਹੁੰਦੀ ਹੈ ਜਾਂ ਫਿਰ ਸਕੈਨਿੰਗ ਹੁੰਦੀ ਹੈ ਜਾਂ ਫਿਰ ਸਕਿਮਿੰਗ ਹੁੰਦੀ ਹੈ, ਦਿੱਤਾ ਵੇ ਆਨਸਰ। ਚਲੋ ਆਪਸ਼ਨ ਨੰਬਰ ਤੁਹਾਡਾ ਸੀ, ਇਸ ਦਾ ਸਹੀ ਉੱਤਰ ਆਜੂਗਾ ਜੀ, ਠੀਕ ਹੈ। ਸਕੈਨਿੰਗ, ਤਾਂ ਸਕੈਨ ਕਰ ਲੈਣਾ, ਯਾਨੀ ਕਿ ਸਪੈਸੀਫਿਕ ਜੋ ਇਨਫੋਰਮੇਸ਼ਨ ਹੈ ਉਹਨੂੰ ਕੀ ਕਰ ਲੈਣਾ, ਕਲੈਕਟ ਕਰ ਲੈਣਾ ਪੜ੍ਹਦੇ ਪੜ੍ਹਦੇ, ਠੀਕ ਹੈ। ਤਾਂ ਉਹਦੇ 'ਚ ਓਵਰਵਿਊ ਲੈ ਲੈਣਾ, ਤਾਂ ਤੁਹਾਡਾ ਆ ਜੂਗਾ ਇੱਥੇ ਸੀ ਆਪਸ਼ਨ, ਸਕੈਨਿੰਗ। ਇਸੇ ਬਾਅਦ ਆ ਗਿਆ ਜੀ ਆਪਣਾ ਅਗਲਾ ਪ੍ਰਸ਼ਨ, ਅਤੇ ਅਗਲਾ ਪ੍ਰਸ਼ਨ ਹੈਗਾ ਜੀ, ਮੋਟੀਵੇਸ਼ਨ ਬਿਗਿਨ ਵਿਦ ਨੀਡਸ ਐਕਸਿਸਟ ਇਟ ਇਨ ਆਲ ਆਫ ਅਸ, ਦਾ ਨੀਡਸ ਦੈਟ ਦਾ ਸਟੂਡੈਂਟ ਵੁੱਡ ਟੈਂਡ ਟੂ ਫੁਲਫਿਲ ਫਸਟ ਪ੍ਰਟਿੰਗ ਟੂ, ਠੀਕ ਹੈ। ਮੋਟੀਵੇਸ਼ਨ, ਪ੍ਰੇਰਨਾ ਸਾਡੇ ਸਾਰਿਆਂ ਵਿੱਚ ਮੌਜੂਦ ਲੋੜਾਂ ਨਾਲ ਸ਼ੁਰੂ ਹੁੰਦੀ ਹੈ, ਠੀਕ ਹੈ। ਉਹ ਲੋੜ ਜਿਹੜੀ ਕਿ ਆਪਣੀ ਸਭ ਤੋਂ ਪਹਿਲੀ ਹੈ, ਤਾਂ ਸਭ ਤੋਂ ਪਹਿਲੀ ਨੀਡ ਆਪਣੀ ਕਿਹੜੀ ਹੁੰਦੀ ਹੈ ਜੀ, ਕਿ ਸਨਮਾਨ, ਸਨਮਾਨ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦਾ, ਠੀਕ ਹੈ। ਜਾਂ ਫਿਰ ਫਿਜ਼ੀਓਲੋਜੀਕਲ ਹੈ, ਤਾਂ ਸਰੀਰਕ ਜ਼ਰੂਰਤਾਂ ਨੇ ਜਿਹੜੀਆਂ ਉਹ, ਜਾਂ ਫਿਰ ਸਮਾਜਿਕ, ਜਾਂ ਫਿਰ ਸੈਲਫ ਐਕਚੁਲਾਈਜੇਸ਼ਨ, ਸਵੈ ਵਾਸਤਵਿਕਤਾ, ਠੀਕ ਹੈ। ਤਾਂ ਬੰਦੇ ਦੀ ਪਹਿਲੀ ਨੀਡ ਕੀ ਹੈ, ਤਾਂ ਪਹਿਲੀ ਨੀਡ ਕੀ ਹੈ ਵੀ ਜੇਕਰ ਆਪਣੇ ਕੋਲ ਕੀ ਹੋਊਗਾ, ਆਪਣੀ ਸਰੀਰ ਦੀ ਲੋੜਾਂ ਨੇ ਆਪਣੀਆਂ ਪਹਿਲੀਆਂ, ਮਤਲਬ ਆਪਣਾ ਪਿਆਸ ਲੱਗਦੀ ਹੈ, ਆਪਾਂ ਨੂੰ ਭੁੱਖ ਲੱਗਦੀ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦਾ ਸੋਲਿਊਸ਼ਨ ਆਪਣਾ ਪਹਿਲੀ ਨੀਡ ਬਣਦੀ ਹੈ, ਹੈ ਨਾ। ਤਾਂ ਸਭ ਤੋਂ ਪਹਿਲਾਂ ਭੁੱਖ, ਪਿਆਸ, ਸਿਰ ਉੱਪਰ ਛੱਤ ਹੋਵੇ, ਦੋ ਟਾਈਮ ਦਾ ਖਾਣਾ ਹੋਵੇ, ਠੀਕ ਹੈ, ਸਾਫ਼ ਸੁਥਰਾ ਪਾਣੀ ਹੋਵੇ, ਕੱਪੜੇ ਹੋਣ, ਠੀਕ ਹੈ। ਤਾਂ ਇਹ ਬੇਸਿਕ ਨੀਡਸ ਨੇ ਆਪਣੀਆਂ, ਪ੍ਰਾਈਮਰੀ ਨੀਡਸ, ਤਾਂ ਇਹ ਸਭ ਤੋਂ ਪਹਿਲੀ ਜ਼ਰੂਰਤ ਹੈ ਬੰਦੇ ਦੀ। ਤਾਂ ਆ ਜੂਗਾ ਤੁਹਾਡਾ ਫਿਜ਼ੀਓਲੋਜੀਕਲ, ਤਾਂ ਸਰੀਰ ਦੇ ਨਾਲ ਸੰਬੰਧਿਤ ਜੋ ਜ਼ਰੂਰਤਾਂ ਨੇ ਆਪਣੀਆਂ, ਉਹ ਆਪਣੀਆਂ ਜਿਹੜੀਆਂ ਕੀ ਨੇ ਜੀ, ਤੁਹਾਡੀਆਂ ਬੇਸਿਕ ਨੀਡਸ ਨੇ, ਤਾਂ ਫਿਜ਼ੀਓਲੋਜੀਕਲ, ਠੀਕ ਹੈ। ਇਸੇ ਬਾਅਦ ਹੈਗਾ ਜੀ ਤੁਹਾਡਾ ਅਗਲਾ ਪ੍ਰਸ਼ਨ ਹੈਗਾ ਆਪਣਾ,
ਹਾਂਜੀ ਅਗਲਾ ਪ੍ਰਸ਼ਨ ਹੈਗਾ ਫੋਰ ਇੰਟਰੋਡਿਊਸਿੰਗ ਅ ਟੋਪਿਕ ਇਨ ਅ ਕਲਾਸਰੂਮ ਵਟ ਐਕਟੀਵਿਟੀ ਸ਼ੁੱਡ ਬੀ ਟੀਚਰ ਡੂ ਫਸਟ ਕਿਹੜੀ ਐਕਟੀਵਿਟੀ ਹੈ ਟੀਚਰ ਜਦੋਂ ਪਹਿਲਾਂ ਸਭ ਤੋਂ ਪਹਿਲਾਂ ਕਰੇਗਾ ਜਦੋਂ ਉਹ ਪੜ੍ਹਾ ਰਿਹਾ ਕਲਾਸ ਦੇ ਵਿੱਚ ਕੋਈ ਨਵਾਂ ਟੋਪਿਕ ਐਕਸਪਲੇਨ ਕਰੇਗਾ ਠੀਕ ਹੈ ਤਰਕ ਕਰੇਗਾ ਬੱਚਿਆਂ ਦੇ ਨਾਲ ਇਨਫੋਰਮ ਕਰੇਗਾ ਉਹਨਾਂ ਨੂੰ ਵੀ ਭਾਈ ਜਿਹੜੀ ਚੀਜ਼ ਮੈਂ ਤੁਹਾਨੂੰ ਪੜ੍ਹਾ ਰਿਹਾ ਉਹਦੇ ਪਿੱਛੇ ਮਤਲਬ ਕੀ ਹੈ ਮੇਰਾ ਠੀਕ ਹੈ ਟੀਚਾ ਕੀ ਹੈ ਉਦੇਸ਼ ਕੀ ਹੈ ਜਾਂ ਫਿਰ ਟੈਲ ਟੋਪਿਕ ਓਰਲੀ ਜਾਂ ਫਿਰ ਮੂੰਹ ਜਵਾਨੀ ਪੜ੍ਹਾ ਦੇਗਾ ਬੱਚਿਆਂ ਨੂੰ ਜਾਂ ਫਿਰ ਕੀ ਹੈ ਬੋਰਡ ਦੇ ਉੱਪਰ ਕੀ ਹੈ ਰਾਈਟ ਕਰੇਗਾ ਵੀ ਜੋ ਵੀ ਚੀਜ਼ ਉਹ ਪੜ੍ਹਾ ਰਿਹਾ ਤਾਂ ਕਿਹੜੀ ਟੈਕਨੀਕ ਵਰਤੀ ਜਾਏਗੀ ਤਾਂ ਇੱਥੇ ਤੁਹਾਡਾ ਸਹੀ ਅੰਤਰ ਆ ਜਾਏਗਾ ਜੀ ਆਪਣਾ ਆਪਸ਼ਨ ਨੰਬਰ ਏ ਐਕਸਪਲੇਨ ਦੀ ਰੈਸ਼ਨਲ ਮਤਲਬ ਕਹਿਣ ਦਾ ਇਹਦਾ ਮਤਲਬ ਇਹ ਹੈ ਪੂਰੇ ਨਹੀਂ ਹੈਗੇ ਇੱਥੇ ਲਿਖਿਆ ਨਹੀਂ ਗਿਆ ਪੂਰਾ ਠੀਕ ਹੈ ਤਾਂ ਮਤਲਬ ਕੀ ਹੈ ਵੀ ਜਿਹੜਾ ਚੈਪਟਰ ਤੁਸੀਂ ਪੜ੍ਹਾ ਰਹੇ ਹੋ ਉਹਦੇ ਨਾਲ ਰਿਲੇਟਡ ਕੁਝ ਫੈਕਟਸ ਜਿਹੜੇ ਕਿ ਬੱਚੇ ਨੇ ਪ੍ਰੀਵੀਅਸ ਪੜ੍ਹੇ ਹੋਏ ਨੇ ਤਾਂ ਉਹਦੇ ਨਾਲ ਬੱਚੇ ਦੇ ਨਾਲ ਕੀ ਕਰੂਗਾ ਉਹਨਾਂ ਦੇ ਆਧਾਰ ਦੇ ਉੱਪਰ ਬੱਚੇ ਨਾਲ ਤਰਕ ਕਰੂਗਾ ਤਾਂ ਕਿ ਬੱਚੇ ਦੇ ਵਿਚਾਰ ਕੀ ਨੇ ਉਸ ਚੀਜ਼ ਨੂੰ ਲੈ ਕੇ ਇਹ ਟੀਚਰ ਜਾਣ ਸਕੇ ਵੀ ਬੱਚਾ ਕਿੰਨਾ ਕੁ ਪਾਣੀ ਦੇ ਵਿੱਚ ਹੈ ਕਿ ਉਹਨੂੰ ਜਿਹੜੀ ਚੀਜ਼ ਉਹ ਪੜ੍ਹਾਉਣ ਜਾ ਰਿਹਾ ਕਿ ਬੱਚੇ ਨੂੰ ਉਸ ਚੀਜ਼ ਬਾਰੇ ਥੋੜ੍ਹਾ ਬਹੁਤ ਆਈਡੀਆ ਹੈ ਕਿ ਉਹ ਕੀ ਸਿੱਖਣ ਜਾ ਰਿਹਾ ਤਾਂ ਉਸ ਦੇ ਨਾਲ ਰਿਲੇਟਡ ਬੱਚੇ ਦੇ ਨਾਲ ਕੀ ਕਰੇਗਾ ਤਰਕ ਕਰੇਗਾ ਠੀਕ ਹੈ ਉਹਦੇ ਨਾਲ ਵਿਆਖਿਆ ਕਰੇਗਾ ਠੀਕ ਹੈ ਉਹਨੂੰ ਕੁਝ ਦੱਸੇਗਾ ਅਤੇ ਉਹਦੇ ਤੋਂ ਸੁਣੇਗਾ ਉਹ ਕਮਿਊਨੀਕੇਸ਼ਨ ਵਾਲੀ ਚੀਜ਼ ਸੀ ਨਾ ਉਹ ਹੋ ਜਾਏਗੀ ਵੀ ਉਹਦੇ ਅੰਦਰ ਉਹਦੇ ਨਾਲ ਕਮਿਊਨੀਕੇਟ ਕਰੇਗਾ ਵੀ ਕੀ ਪਤਾ ਹੈ ਅਤੇ ਕੀ ਪਤਾ ਹੋਣਾ ਚਾਹੀਦਾ ਤਾਂ ਜਿੰਨਾ ਪਤਾ ਵੈਲ ਐਂਡ ਗੁੱਡ ਹੈ ਜਿਹੜਾ ਨਹੀਂ ਪਤਾ ਉਹ ਬੱਚੇ ਨੂੰ ਸਿਖਾ ਦਿੱਤਾ ਜਾਊਗਾ ਠੀਕ ਹੈ ਤਾਂ ਇਹ ਆਜੂਗਾ ਤੁਹਾਡਾ ਸਹੀ ਆਪਸ਼ਨ ਇਸ ਤੋਂ ਬਾਅਦ ਬੈਠ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਵੱਲ ਅਤੇ ਅਗਲਾ ਪ੍ਰਸ਼ਨ ਹੈਗਾ ਤੁਹਾਡਾ ਵਿਚ ਵਨ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਦਾ ਰੇਨਫੋਰਸਮੈਂਟ ਇਹਨਾਂ ਵਿੱਚੋਂ ਕਿਹੜੇ ਜਿਹੜਾ ਹੈਗਾ ਤੁਹਾਡਾ ਰੇਨਫੋਰਸਮੈਂਟ ਯਾਨੀ ਕਿ ਪੁਨਰਬਲਨ ਦੀ ਐਗਜ਼ਾਮਪਲ ਹੈ ਠੀਕ ਹੈ ਨੋ ਪੁਨਰਬਲਨ ਦੀ ਐਗਜ਼ਾਮਪਲ ਪੁਨਰਬਲਨ ਯਾਨੀ ਕਿ ਤੁਹਾਡਾ ਕੀ ਹੁੰਦਾ ਇੱਕ ਕਿਸੇ ਨੂੰ ਆਪਾਂ ਕਹਿ ਲੈਂਦੇ ਕਿ ਫੋਰਸ ਦੇਣਾ ਤਾਂ ਤੁਹਾਡੀ ਰੇਨਫੋਰਸਮੈਂਟ ਦੋ ਪ੍ਰਕਾਰ ਦੀ ਹੁੰਦੀ ਹੈ ਕਿ ਤਾਂ ਪੋਜ਼ੀਟਿਵ ਇੱਕ ਨੈਗੇਟਿਵ ਠੀਕ ਹੈ ਪੋਜ਼ੀਟਿਵ ਕਿਹੜੀ ਹੁੰਦੀ ਹੈ ਵੀ ਮਤਲਬ ਤੁਸੀਂ ਬੱਚੇ ਨੂੰ ਕੁਛ ਕਰਵਾਉਣਾ ਹੈ ਨਾ ਸਿਖਾਉਣਾ ਤਾਂ ਉਹਨੂੰ ਆਪਾਂ ਨੂੰ ਉਤੇਜਿਤ ਕਰਨਾ ਪਊਗਾ ਸਿੱਖਣ ਦੇ ਪ੍ਰਤੀ ਉਹਨੂੰ ਉਤੇਜਿਤ ਕਰਨਾ ਤਾਂ ਉਹ ਜਿਹੜਾ ਪੁਸ਼ਅਪ ਬੱਚੇ ਨੂੰ ਆਪਾਂ ਦਿੰਦੇ ਹਾਂ ਨਾ ਉਹ ਤੁਹਾਡਾ ਕੀ ਆ ਜਾਂਦਾ ਪੋਜ਼ੀਟਿਵ ਅਗਰ ਤੁਸੀਂ ਸਹੀ ਮਾਇਨੇ ਦੇ ਵਿੱਚ ਚੰਗੇ ਵੇ ਦੇ ਨਾਲ ਉਹਨੂੰ ਦੇ ਰਹੇ ਤਾਂ ਪੋਜ਼ੀਟਿਵ ਰੇਨਫੋਰਸਮੈਂਟ ਹੋਵੇ ਜਿਵੇਂ ਬੱਚੇ ਨੂੰ ਕੀ ਹੈ ਜੀ ਚੋਕਲੇਟ ਦੇ ਦਿੱਤੀ ਤੁਸੀਂ ਹਲਕੀ ਜੇ ਸ਼ਾਬਾਸ਼ੀ ਦੇ ਦਿੱਤੀ ਤਾਂ ਉਹ ਬੱਚਾ ਕੀ ਕਰੂਗਾ ਨੈਕਸਟ ਉਸ ਚੀਜ਼ ਨੂੰ ਗੇਨ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਇੱਥੇ ਫਿਰ ਉਹ ਕੀ ਤੁਹਾਡੀ ਪੋਜ਼ੀਟਿਵ ਰੇਨਫੋਰਸਮੈਂਟ ਹੈ ਠੀਕ ਹੈ ਨੈਗੇਟਿਵ ਰੇਨਫੋਰਸ ਧੱਕੇ ਦੇ ਨਾਲ ਕੁਛ ਕਰਵਾਉਣਾ ਉਹਨੂੰ ਡਰਾ ਕੇ ਕੁਛ ਕਰਵਾਉਣਾ ਪਨਿਸ਼ਮੈਂਟ ਦੇ ਡਰ ਤੋਂ ਬੱਚਾ ਜੇਕਰ ਕੁਛ ਕਰ ਰਿਹਾ ਤਾਂ ਨੈਗੇਟਿਵ ਰੇਨਫੋਰਸਮੈਂਟ ਹੈ ਠੀਕ ਹੈ ਤਾਂ ਫਿਰ ਇੱਥੇ ਕੀ ਹੈ ਤੁਹਾਡਾ ਕੀ ਐਗਜ਼ਾਮਪਲ ਦੇਣੀ ਹੈ ਰੇਨਫੋਰਸਮੈਂਟ ਦੀ ਬੈਟਰ ਠੀਕ ਹੈ ਤਾਂ ਚਾਰ ਆਪਸ਼ਨਾਂ ਨੇ ਨੋ ਲਤਾ ਦਾ ਆਂਸਰ ਇਜ਼ ਨੋਟ 45 ਠੀਕ ਹੈ ਨਹੀਂ ਲਤਾ ਤੁਹਾਡਾ ਕੀ ਆਂਸਰ 45 ਨਹੀਂ ਹੈ ਠੀਕ ਹੈ ਕਮਲਾ ਕਾਂਟ ਯੂ ਹੈਲਪ ਕਿਰਤੀ ਵਿਦ ਹਰ ਆਂਸਰ ਕਮਲਾ ਕੀ ਤੁਸੀਂ ਕਿਰਤੀ ਦੀ ਮਦਦ ਨਹੀਂ ਕਰ ਸਕਦੇ ਠੀਕ ਹੈ ਇਹ ਤੁਹਾਡੀ ਰੇਨਫੋਰਸਮੈਂਟ ਦੀ ਐਗਜ਼ਾਮਪਲ ਦਿਖ ਰਹੀ ਹੈ ਜੀ ਆਪਾਂ ਨੂੰ ਉਹ ਨੋ ਐਜ ਯੂਜ਼ਰ ਯੂ ਆਰ ਰੋਂਗ ਠੀਕ ਹੈ ਵੀ ਤੁਸੀਂ ਕੀ ਹੈ ਗਲਤ ਹੋ ਠੀਕ ਹੈ ਇਸ ਤੋਂ ਬਾਅਦ ਸ਼ਰੂਤੀ ਸੁਨੀਤੀ ਯੂ ਹੈਵ ਸੈਡ ਰਾਈਟਲੀ ਸੁਨੀਤੀ ਤੁਸੀਂ ਸਹੀ ਕਹਿ ਰਹੇ ਹੋ ਤਾਂ ਕੀ ਇਹ ਰੇਨਫੋਰਸਮੈਂਟ ਦੀ ਐਗਜ਼ਾਮਪਲ ਹੈ ਤਾਂ ਇੱਥੇ ਤੁਹਾਡਾ ਰਾਈਟ ਆਂਸਰ ਬਣ ਜਾਏਗਾ ਜੀ ਆਪਸ਼ਨ ਨੰਬਰ ਆਜੂਗੀ ਆਪਣੀ ਡੀ ਤੁਹਾਡੀ ਸੁਨੀਤੀ ਯੂ ਹੈਵ ਸੈਡ ਰਾਈਟਲੀ ਤੁਸੀਂ ਸਹੀ ਕਹਿ ਰਹੇ ਹੋ ਤਾਂ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਨਾ ਵੀ ਹਾਂਜੀ ਆਪਾਂ ਕਿਸੇ ਦਾ ਅਗਰ ਹੁੰਗਾਰਾ ਵੀ ਭਰਦੇ ਕਿਸੇ ਨੂੰ ਅਟੈਨਸ਼ਨ ਵੀ ਦੇ ਦਈਏ ਤਾਂ ਬੰਦਾ ਦਾ ਕੀ ਹੁੰਦਾ ਥੋੜ੍ਹਾ ਜਿਹਾ ਕੋਨਫੀਡੈਂਸ ਵੱਧ ਜਾਂਦਾ ਵੀ ਹਾਂ ਮੈਨੂੰ ਸਾਹਮਣੇ ਵਾਲਾ ਸੁਣ ਰਿਹਾ ਤਾਂ ਸੇਮ ਐਸ ਬੱਚਿਆਂ ਦੇ ਨਾਲ ਹੁੰਦਾ ਜੇਕਰ ਤੁਸੀਂ ਉਹਨੂੰ ਕੀ ਹੈ ਉਹਦੀ ਥਿੰਕਿੰਗ ਨੂੰ ਉਹਦੇ ਜੋ ਵਚਨ ਨੇ ਜੋ ਬੋਲ ਰਿਹਾ ਅਗਰ ਉਹਨੂੰ ਇੰਪੋਰਟੈਂਸ ਦਊਂਗੇ ਤਾਂ ਬੱਚਾ ਤੁਹਾਡੇ ਸਾਹਮਣੇ ਖੁਦ ਨੂੰ ਪੂਰਾ ਖੁੱਲ੍ਹ ਕੇ ਐਕਸਪ੍ਰੈਸ ਕਰੇਗਾ ਠੀਕ ਹੈ ਤਾਂ ਫਿਰ ਬੱਚੇ ਨੂੰ ਅਗਰ ਸਿਖਾਉਣਾ ਹੈ ਨਾ ਤਾਂ ਉਹਦੇ ਲਈ ਕੀ ਹੈ ਉਹਦੀ ਸੁਣੋ ਠੀਕ ਹੈ ਉਹਨੂੰ ਪੋਜ਼ੀਟਿਵ ਰੇਨਫੋਰਸਮੈਂਟ ਦੇਣੀ ਵੀ ਹਾਂਜੀ ਤੁਸੀਂ ਸਹੀ ਹੋ ਜੇਕਰ ਗਲਤ ਵੀ ਹੈ ਬੱਚਾ ਤਾਂ ਕੀ ਹੈ ਪਿਆਰ ਦੇ ਨਾਲ ਸਮਝਾ ਦਿੱਤਾ ਜਾਵੇ ਬਟ ਇੱਦਾਂ ਕਿ ਉਹਨੂੰ ਕੀ ਹੈ ਵੀ ਉਹ ਚੀਜ਼ ਇੱਦਾਂ ਫੀਲ ਨਾ ਹੋਵੇ ਹੈ ਨਾ ਤਾਂ ਫਿਰ ਇੱਥੇ ਕੀ ਯੂ ਹੈਵ ਸਰ ਰਾਈਟਲੀ ਤੁਸੀਂ ਸਹੀ ਕਹਿ ਰਹੇ ਹੋ ਤਾਂ ਕਿੱਦਾਂ ਕਿੰਨਾ ਕਿਤੇ ਬੱਚੇ ਦਾ ਜੋ ਕੋਨਫੀਡੈਂਸ ਹੈ ਉਹ ਕੀ ਹੋ ਜਾਂਦਾ ਬੂਸਟ ਹੋ ਜਾਂਦਾ ਠੀਕ ਹੈ ਇਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਵੱਲ
ਹਾਂਜੀ ਅਗਲਾ ਪ੍ਰਸ਼ਨ ਹੈਗਾ ਸੈਲਫ ਸਟੱਡੀ ਹੈਬਿਟਸ ਕੈਨ ਬੀ ਡਿਵੈਲਪ ਇਨ ਅ ਚਿਲਡਰਨ ਬਾਏ ਬੱਚਾ ਜਦੋਂ ਕੀ ਕਰਦਾ ਜੀ ਖੁਦ ਪੜ੍ਹਦਾ ਸੀਗਾ ਸਵੈ ਜਿਹੜੀ ਹੈਗੀ ਆ ਖੁਦ ਸਿੱਖਣ ਦੀ ਕੋਸ਼ਿਸ਼ ਕਰਦਾ ਸਵੈ ਸਿੱਖਣ ਕਰਦਾ ਤਾਂ ਕਿਹੜੀ ਚੀਜ਼ ਵਿਕਸਿਤ ਹੁੰਦੀ ਆ ਉਹਦੇ ਨਾਲ ਸਿਟਿੰਗ ਇਗਜ਼ਾਮਪਲਸ ਆਫ ਗ੍ਰੇਟ ਪੀਪਲ ਠੀਕ ਹੈ ਬੱਚਾ ਕੀ ਕਰਦਾ ਵਧੀਆ ਵਧੀਆ ਲੋਕਾਂ ਦੀ ਇਗਜ਼ਾਮਪਲਸ ਸੈੱਟ ਕਰਦਾ ਜੀ ਗਿਵਿੰਗ ਲੈਕਚਰ ਔਨ ਅ ਸੈਲਫ ਸਟੱਡੀ ਉਹਨੇ ਜੋ ਖੁਦ ਪੜ੍ਹਿਆ ਉਹਦੇ ਉੱਪਰ ਫਿਰ ਲੈਕਚਰ ਦਿੰਦਾ ਜਾਂ ਫਿਰ ਗਿਵਿੰਗ ਯੂਅਰ ਓਨ ਇਗਜ਼ਾਮਪਲਸ ਉਹ ਆਪਣੀਆਂ ਖੁਦ ਦੀਆਂ ਇਗਜ਼ਾਮਪਲਸ ਦਿੰਦੇ ਆ ਵੀ ਮੈਨੂੰ ਦੇਖੋ ਹੈ ਨਾ ਜਾਂ ਫਿਰ ਮੇਕਿੰਗ ਨਿਊ ਲਿਟਰੇਚਰ ਅਵੇਲੇਬਲ ਤਾਂ ਫਿਰ ਜਾਂ ਫਿਰ ਨਵਾਂ ਸਾਹਿਤਯ ਉਪਲਬਧ ਕਰਵਾਉਣਾ ਠੀਕ ਹੈ ਤਾਂ ਫਿਰ ਜਦੋਂ ਬੱਚਾ ਸੈਲਫ ਸਟੱਡੀ ਕਰਦਾ ਉਹਨੇ ਹੁਣ ਖੁਦ ਸਟੱਡੀ ਕੀਤੀ ਹੈ ਤਾਂ ਫਿਰ ਇਹਦਾ ਸਹੀ ਆਂਸਰ ਤੁਹਾਡਾ ਆ ਜਾਊਗਾ ਆਪਸ਼ਨ ਨੰਬਰ ਡੀ ਆਲਰੇਡੀ ਇਹ ਕੁਸ਼ਚਨ ਵੀ ਆਪਣਾ ਡਿਸਕਸ ਹੋ ਚੁੱਕਿਆ ਜੀ ਚਲੋ ਫਿਰ ਇਹਦਾ ਆਂਸਰ ਆ ਜਾਊਗਾ ਤੁਹਾਡਾ ਡੀ ਆਪਸ਼ਨ ਮੇਕਿੰਗ ਨਿਊ ਲਿਟਰੇਚਰ ਅਵੇਲੇਬਲ ਠੀਕ ਹੈ ਇਸ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਵੱਲ ਅਤੇ ਅਗਲਾ ਪ੍ਰਸ਼ਨ ਹੈਗਾ ਜੀ ਤੁਹਾਡਾ ਹਾਂਜੀ ਡੈਸ਼ ਇਜ਼ ਦ ਪ੍ਰੋਂਪੋਨੈਂਟ ਆਫ ਕੰਸਟਰਕਟਿਵਿਜ਼ਮ ਫਰੇਮਵਰਕ ਠੀਕ ਹੈ ਇਹਨਾਂ ਵਿੱਚੋਂ ਰਚਨਾਤਮਕ ਢਾਂਚੇ ਦਾ ਸਮਰਥਕ ਕੌਣ ਹੈ ਪ੍ਰੋਂਪੋਨੈਂਟ ਠੀਕ ਹੈ ਕੌਣ ਹੈ ਤੁਹਾਡਾ ਸਿਰਜਣਹਾਰ ਕੰਸਟਰਕਟਿਵਿਜ਼ਮ ਦਾ ਠੀਕ ਹੈ ਕੀ ਬੰਡੂਰਾ ਜਾਂ ਫਿਰ ਬਰੂਨਰ ਜਾਂ ਫਿਰ ਪਿਆਜੇ ਜਾਂ ਫਿਰ ਜੰਗ ਠੀਕ ਹੈ ਤਾਂ ਫਿਰ ਇਸਦਾ ਸਹੀ ਆਂਸਰ ਕੀ ਆਜੂਗਾ ਜੀ ਤੁਹਾਡਾ ਇਹਦਾ ਆਂਸਰ ਆਜੂਗਾ ਆਪਣਾ ਆਪਸ਼ਨ ਨੰਬਰ ਸੀ ਜੀਨ ਪਿਆਜੇ ਜਿਹੜੇ ਕੀ ਹੈ ਤੁਹਾਡੇ ਕੰਸਟਰਕਟਿਵਿਜ਼ਮ ਦੇ ਸਮਰਥਕ ਨੇਗੇ ਠੀਕ ਹੈ ਜੀਨ ਪਿਆਜੇ ਚਲੋ ਜੀ ਤਾਂ ਫਿਰ ਉਹੀ ਪਰਸਨ ਜਿਨ੍ਹਾਂ ਨੇ ਕਿਹਾ ਸੀ ਵੀ ਬੱਚੇ ਆਪਣੇ ਗਿਆਨ ਦਾ ਖੁਦ ਨਿਰਮਾਣ ਕਰ ਸਕਦੇ ਆ ਤੁਸੀਂ ਕੀ ਕਰਨਾ ਜੀ ਬੱਚੇ ਨੂੰ ਸਿਰਫ ਮੌਕੇ ਦੇਣੇ ਆ ਵੱਧਦੇ ਆ ਫਿਰ ਅਗਲੇ ਪ੍ਰਸ਼ਨ ਦੇ ਵੱਲ ਅਤੇ ਅਗਲਾ ਪ੍ਰਸ਼ਨ ਹੈਗਾ ਜੀ ਤੁਹਾਡਾ ਵਾਈਲ ਸੋਲਵਿੰਗ ਅ ਪ੍ਰੋਬਲਮ ਇਫ ਐਨ ਇੰਡੀਵਿਜੁਅਲ ਰੀਚਿਸ ਅ ਸੋਲਿਊਸ਼ਨ ਆਲ ਆਫ ਸਡਨ ਵੀ ਸੇ ਦੈਟ ਹੀ ਵਾਜ ਲਰਨਡ ਬਾਏ ਹੁਣ ਪ੍ਰੋਬਲਮ ਸੋਲਵ ਕੀਤੀ ਜਾ ਰਹੀ ਹੈ ਕੋਈ ਸਮੱਸਿਆ ਦੇ ਨਾਲ ਬੱਚਾ ਘਿਰਿਆ ਹੋਇਆ ਤਾਂ ਉਹ ਕੀ ਕਰ ਰਿਹਾ ਜੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਅਚਾਨਕ ਉਹਦੇ ਦਿਮਾਗ ਦੇ ਵਿੱਚ ਕੀ ਉਸ ਪ੍ਰੋਬਲਮ ਨੂੰ ਲੈ ਕੇ ਉਸ ਸਮੱਸਿਆ ਦਾ ਕੀ ਆ ਜਾਂਦਾ ਸਮਾਧਾਨ ਨਿਕਲ ਆਉਂਦਾ ਇੱਕ ਹੱਲ ਨਿਕਲ ਆਉਂਦਾ ਤਾਂ ਇਸ ਨੂੰ ਕੀ ਕਹਾਂਗੇ ਆਪਾਂ ਠੀਕ ਹੈ ਕੀ ਚੀਜ਼ ਹੈ ਤਾਂ ਫਿਰ ਇਹਨੂੰ ਕੀ ਕਹਾਂਗੇ ਵੀ ਕਿੱਦਾਂ ਸਿੱਖਿਆ ਬੱਚਾ ਕਿ ਇਹ ਟਰਾਇਲ ਐਂਡ ਐਰਰ ਹੈ ਟਰਾਇਲ ਐਂਡ ਐਰਰ ਦਾ ਮਤਲਬ ਹੁੰਦਾ ਗਲਤੀਆਂ ਕਰਨਾ ਤਰੁੱਟੀਆਂ ਕਰਨਾ ਫਿਰ ਬਾਰ ਬਾਰ ਕੋਸ਼ਿਸ਼ ਕਰਨਾ ਠੀਕ ਹੈ ਉਹ ਹੋ ਜੂਗੀ ਕਿ ਇਨਸਾਈਟ ਸੂਝਬੂਝ ਠੀਕ ਹੈ ਜਾਂ ਫਿਰ ਇਮੀਟੇਸ਼ਨ ਨਕਲ ਹੈ ਜਾਂ ਫਿਰ ਓਬਜ਼ਰਵੇਸ਼ਨਲ ਹੈ ਤਾਂ ਇਹਦਾ ਸਹੀ ਆਂਸਰ ਕੀ ਹੋਊਗਾ ਬੱਚੇ ਨੇ ਕੀ ਕਰ ਰਿਹਾ ਟਰਾਈ ਕਰ ਰਿਹਾ ਤਾਂ ਸਡਨਲੀ ਉਹਦੇ ਦਿਮਾਗ ਦੇ ਵਿੱਚ ਕੀ ਆ ਗਿਆ ਉਸ ਚੀਜ਼ ਦਾ ਸੋਲਿਊਸ਼ਨ ਆ ਗਿਆ ਤਾਂ ਇਨਸਾਈਟ ਉਹਦੇ ਅੰਦਰੋਂ ਆਇਆ ਨਾ ਸੋਲਿਊਸ਼ਨ ਤਾਂ ਇਹਦਾ ਤੁਹਾਡਾ ਸਹੀ ਆਂਸਰ ਕੀ ਆਜੂਗਾ ਤੁਹਾਡਾ ਆਪਸ਼ਨ ਨੰਬਰ ਹਾਂਜੀ ਆਪਸ਼ਨ ਨੰਬਰ ਬੀ ਤੁਹਾਡਾ ਇਨਸਾਈਟ ਤਾਂ ਇਹਦਾ ਸਹੀ ਉੱਤਰ ਆ ਗਿਆ ਤੁਹਾਡਾ ਬੀ ਧਿਆਨ 'ਚ ਰਹੇ ਜੀ ਗੈਸਟਾਲਟ ਥਿਅਰੀ ਠੀਕ ਹੈ ਤੁਹਾਡਾ ਇਨਸਾਈਟ ਥਿਅਰੀ ਜਿਹੜੀ ਹੈਗੀ ਕੋਲਰ ਦੀ ਥਿਅਰੀ ਹੈ ਜਿਹਦੇ ਵਿੱਚ ਚਿੰਪੈਂਜੀ ਦੇ ਉੱਪਰ ਕੀ ਕੀਤਾ ਗਿਆ ਸੀਗਾ ਐਕਸਪੈਰੀਮੈਂਟ ਕੀਤਾ ਗਿਆ ਸੀ ਬਹੁਤ ਇੰਪੋਰਟੈਂਟ ਥਿਅਰੀ ਹੈ ਧਿਆਨ ਦੇ ਵਿੱਚ ਰੱਖਣੀ ਠੀਕ ਹੈ ਇਸ ਤੋਂ ਬਾਅਦ ਵੱਧਦੇ ਹਾਂ ਨੈਕਸਟ ਪ੍ਰਸ਼ਨ ਦੇ ਵੱਲ ਅਤੇ ਅਗਲਾ ਪ੍ਰਸ਼ਨ ਹੈਗਾ ਜੀ ਆਪਣਾ ਹਾਂਜੀ ਵਿਚ ਆਫ ਦ ਫੋਲੋਇੰਗ ਇਜ਼ ਮੋਸਟ ਹਾਈਲਾਈਟਿਡ ਬਾਏ ਦ ਨੈਸ਼ਨਲ ਕਰੀਕੁਲਮ ਫਰੇਮਵਰਕ ਪੋਜੀਸ਼ਨ ਪੇਪਰ ਔਨ ਐਗਜ਼ਾਮੀਨੇਸ਼ਨ ਰਿਫੋਰਮ ਪ੍ਰੀਖਿਆ ਵਿੱਚ ਸੁਧਾਰਾਂ ਬਾਰੇ ਨੈਸ਼ਨਲ ਕਰੀਕੁਲਮ ਫਰੇਮਵਰਕ ਪੋਜੀਸ਼ਨ ਪੇਪਰ ਦੁਆਰਾ ਕਿਹੜੇ ਜਿਹੜੇ ਹੈਗੇ ਚੀਜ਼ ਦੇ ਉੱਪਰ ਸਭ ਤੋਂ ਵੱਧ ਕੀ ਕੀਤਾ ਗਿਆ ਧਿਆਨ ਦਿੱਤਾ ਗਿਆ ਉਜਾਗਰ ਕੀਤਾ ਗਿਆ ਕਿ ਓਪਨ ਬੁੱਕ ਐਗਜ਼ਾਮਸ ਦੇ ਵਿੱਚ ਕਿਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਗਿਆ ਕਿ ਓਪਨ ਬੁੱਕ ਐਗਜ਼ਾਮਸ ਹੋਣੇ ਚਾਹੀਦੇ ਨੇ ਠੀਕ ਹੈ ਜਾਂ ਫਿਰ ਤੁਹਾਡਾ ਜਿਹੜਾ ਆਜੂਗਾ ਜੀ
ਇੰਫੈਸਿਸ ਔਨ ਆ ਟੈਸਟ ਪਰਫੋਰਮੈਂਸ, ਜਿਹੜੀ ਕਿ ਟੈਸਟ ਪਰਫੋਰਮੈਂਸ 'ਤੇ ਜ਼ੋਰ ਦਿੱਤਾ ਗਿਆ, ਜਾਂ ਫਿਰ ਫਲੈਕਸੀਬਲ ਸਿਟਿੰਗ ਹੋਣੀ ਚਾਹੀਦੀ ਹੈ ਪੇਪਰਾਂ ਦੇ ਦੌਰਾਨ, ਟੈਸਟਿੰਗ ਦੇ ਦੌਰਾਨ, ਜਾਂ ਫਿਰ ਕੰਟੀਨਿਊਸ ਅਸੈਸਮੈਂਟ, ਤਾਂ ਕਿਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਗਿਆ? ਤਾਂ ਫਰੇਮਵਰਕ ਨੇ ਜ਼ਿਆਦਾ ਵਧੇਰੇ ਜਿਹੜਾ ਹੈਗਾ ਕਿਸ ਚੀਜ਼ ਦੇ ਉੱਪਰ ਜਿਹੜਾ ਕੀ ਹੈ ਜੀ ਉਜਾਗਰ ਕਰਨ ਦੀ ਇਹਨੂੰ ਕੋਸ਼ਿਸ਼ ਕੀਤੀ ਗਈ। ਸਭ ਤੋਂ ਵੱਧ ਕਿਸ ਚੀਜ਼ 'ਤੇ ਜ਼ੋਰ ਦਿੱਤਾ ਗਿਆ? ਤੁਹਾਡਾ ਆਪਸ਼ਨ ਨੰਬਰ ਡੀ, ਕੰਟੀਨਿਊਸ ਅਸੈਸਮੈਂਟ, ਯਾਨੀ ਕਿ ਲਗਾਤਾਰ ਮੁਲਾਂਕਣ ਹੋਵੇ, ਠੀਕ ਹੈ, ਇਸ ਚੀਜ਼ ਦੇ ਉੱਪਰ। ਨੈਕਸਟ ਹੈਗਾ ਤੁਹਾਡਾ ਅਗਲਾ ਪ੍ਰਸ਼ਨ ਹੈਗਾ ਜੀ, ਹਾਂਜੀ ਅਗਲਾ ਪ੍ਰਸ਼ਨ ਹੈਗਾ, ਵਿੱਚ ਆਫ ਦਾ ਫੋਲੋਇੰਗ ਇਜ਼ ਦਾ ਕਰੈਕਟ ਸੀਕੁਐਂਸ, ਇਹਨਾਂ ਵਿੱਚੋਂ ਕਿਹੜਾ ਕ੍ਰਮ ਹੈਗਾ ਜਿਹੜਾ ਤੁਹਾਡਾ ਕਿ ਬਿਲਕੁਲ ਸਹੀ ਹੈ? ਅਟੈਂਸ਼ਨ, ਰਿਟੈਂਸ਼ਨ, ਪ੍ਰੋਡਕਸ਼ਨ, ਮੋਟੀਵੇਸ਼ਨ। ਬੀ ਆਪਸ਼ਨ ਮੋਟੀਵੇਸ਼ਨ, ਅਟੈਂਸ਼ਨ, ਰਿਟੈਂਸ਼ਨ, ਪ੍ਰੋਡਕਸ਼ਨ। ਸੀ ਆਪਸ਼ਨ ਪ੍ਰੋਡਕਸ਼ਨ, ਮੋਟੀਵੇਸ਼ਨ, ਅਟੈਂਸ਼ਨ ਐਂਡ ਰਿਟੈਂਸ਼ਨ। ਡੀ ਆਪਸ਼ਨ ਅਟੈਂਸ਼ਨ, ਰਿਟੈਂਸ਼ਨ, ਮੋਟੀਵੇਸ਼ਨ ਐਂਡ ਪ੍ਰੋਡਕਸ਼ਨ। ਤਾਂ ਇਸ ਦਾ ਤੁਹਾਡਾ ਸਹੀ ਉੱਤਰ ਹੈਗਾ ਜੀ ਤੁਹਾਡਾ ਆਪਸ਼ਨ ਨੰਬਰ ਏ, ਠੀਕ ਹੈ। ਤਾਂ ਤੁਹਾਡੀ ਓਬਜ਼ਰਵੇਸ਼ਨਲ ਲਰਨਿੰਗ ਦੀ ਜੋ ਥਿਅਰੀ ਹੈ ਉਸਦੀ ਹੀ ਤੁਹਾਡੀ ਜੀ ਇਹ ਚਾਰ ਕਹਿ ਦਈਏ ਆਪਾਂ ਤੁਹਾਡੇ ਪੜਾ ਨੇਗੇ, ਠੀਕ ਹੈ। ਅਟੈਂਸ਼ਨ, ਰਿਟੈਂਸ਼ਨ, ਪ੍ਰੋਡਕਸ਼ਨ ਐਂਡ ਮੋਟੀਵੇਸ਼ਨ। ਤਾਂ ਪਹਿਲਾ ਰਿਟੈਂਸ਼ਨ ਅਟੈਂਸ਼ਨ, ਦੂਜਾ ਰਿਟੈਂਸ਼ਨ, ਤੀਜਾ ਪ੍ਰੋਡਕਸ਼ਨ, ਚੌਥਾ ਮੋਟੀਵੇਸ਼ਨ। ਤਾਂ ਧਿਆਨ 'ਚ ਰਹੇ, ਠੀਕ ਹੈ, ਆਪਸ਼ਨ ਨੰਬਰ ਏ। ਇਸ ਤੋਂ ਬਾਅਦ ਹੈਗਾ ਜੀ ਤੁਹਾਡਾ ਅਗਲਾ ਪ੍ਰਸ਼ਨ, ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ। ਅਗਲਾ ਪ੍ਰਸ਼ਨ ਹੈਗਾ ਆਪਣਾ, ਹਾਂਜੀ, ਵਿੱਚ ਆਫ ਦਾ ਫੋਲੋਇੰਗ ਇਜ਼ ਨੋਟ ਇਨਵੋਲਵ ਇਨ ਅ ਮਕੈਨਿਜ਼ਮ ਵਾਈ ਵਾਈਲ ਚਿਲਡਰਨ ਡਿਵੈਲਪ ਦੇਅਰ ਨੌਲੇਜ ਥਰੂ ਸੋਸ਼ਲ ਡਾਇਲੈਗਸ, ਠੀਕ ਹੈ। ਜਦੋਂ ਬੱਚੇ ਸਮਾਜਿਕ ਸੰਵਾਦ ਦੁਆਰਾ ਕੀ ਕਰਦੇ ਆ ਆਪਣੇ ਗਿਆਨ ਨੂੰ ਵਿਕਸਿਤ ਕਰ ਰਹੇ ਹੁੰਦੇ ਨੇ, ਤਾਂ ਇਹਨਾਂ ਵਿੱਚੋਂ ਕਿਹੜਾ ਕਾਰਜ ਵਿਧੀ ਜਿਹੜੀ ਹੁੰਦੀ ਹੈ ਕਿ ਤੁਹਾਡੀ ਸ਼ਾਮਿਲ ਨਹੀਂ ਹੁੰਦੀ? ਬੱਚਾ ਸਿੱਖ ਰਿਹਾ, ਠੀਕ ਹੈ, ਆਪਣੇ ਆਪ ਨੂੰ ਇੰਗੇਜ ਕਰਕੇ, ਆਪਣੇ ਆਪ ਨੂੰ ਸ਼ਾਮਿਲ ਕਰਕੇ ਸਮਾਜਿਕ ਪ੍ਰਕਿਰਿਆ ਦੇ ਵਿੱਚ, ਫਿਰ ਸਿੱਖ ਰਿਹਾ ਕਿ ਉਹਦੇ ਵਿੱਚ ਸਕਾਫੋਲਡਿੰਗ ਸ਼ਾਮਿਲ ਹੁੰਦੀ ਹੈ, ਜਾਂ ਫਿਰ ਜ਼ੋਨ ਆਫ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਸੋਸ਼ਲ ਲਰਨਿੰਗ, ਜਾਂ ਫਿਰ ਇੰਟਰਨਲਾਈਜੇਸ਼ਨ। ਤਾਂ ਕਿਹੜੀ ਚੀਜ਼ ਹੈ ਜੀ ਜਿਹੜੀ ਤੁਹਾਡੀ ਇਸ ਪ੍ਰਕਿਰਿਆ ਵਿੱਚ ਸ਼ਾਮਿਲ ਨਹੀਂ ਹੁੰਦੀ? ਤਾਂ ਇਸਦਾ ਸਹੀ ਉੱਤਰ ਆਜੂਗਾ ਤੁਹਾਡਾ ਇੰਟਰਨਲਾਈਜੇਸ਼ਨ। ਇੰਟਰਨਲਾਈਜੇਸ਼ਨ ਦਾ ਮਤਲਬ ਕੀ ਹੋ ਗਿਆ? ਹੁਣ ਤੁਸੀਂ ਸਿੱਖ ਰਹੇ ਹੋ ਤਾਂ ਤੁਹਾਡਾ ਦੂਸਰੇ ਬਾਹਰੀ ਦੁਨੀਆਦਾਰੀ ਦੇ ਨਾਲ ਕੋਈ ਨਾਤਾ ਨਹੀਂ ਹੈ, ਹੈ ਨਾ, ਖੁਦ ਅੰਦਰੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹੋ। ਬਟ ਜਦੋਂ ਕਿ ਇਹ ਤੁਹਾਡਾ ਇੱਥੇ ਕੀ ਹੈ, ਬੱਚਾ ਕੀ ਹੈ, ਸੋਸ਼ਲੀ ਜਿਹੜਾ ਕਿ ਇਨਵੋਲਵ ਹੋ ਰਿਹਾ, ਆਪਣੇ ਆਪ ਨੂੰ ਸਮਾਜ ਦੇ ਵਿੱਚ ਜੋੜ ਕੇ ਇੱਥੇ ਸਿੱਖਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਉੱਥੇ ਸਕਾਫੋਲਡਿੰਗ ਵੀ ਹੋਏਗੀ। ਸਕਾਫੋਲਡਿੰਗ ਦਾ ਮਤਲਬ ਕੀ ਹੁੰਦਾ? ਸਕਾਫੋਲਡਿੰਗ ਦਾ ਮਤਲਬ ਕੀ ਹੁੰਦਾ? ਇੱਕ ਲਿਟਲ ਬਿਟ ਆਫ ਹੈਲਪ, ਛੋਟਾ ਜਿਹਾ ਕਲੂ ਦੇ ਦੇਣਾ ਬੱਚੇ ਨੂੰ, ਉਹਦੀ ਥੋੜ੍ਹੀ ਹਲਕੀ ਜਿਹੀ ਮਦਦ ਕਰ ਦੇਣਾ, ਉਹਨੂੰ ਕੋਈ ਇਗਜ਼ਾਮਪਲ ਦੇ ਦੇਣਾ, ਠੀਕ ਹੈ। ਉਹ ਸਕਾਫੋਲਡਿੰਗ ਹੁੰਦੀ ਹੈ, ਕੋਈ ਇੱਕ ਛੋਟੀ ਜਿਹੀ ਮਦਦ ਕਹਿ ਸਕਦੇ ਆਪਾਂ, ਜਿਹਦੇ ਨਾਲ ਤੁਹਾਡਾ ਟੈਂਪਰੇਰੀ ਮਦਦ ਹੁੰਦੀ ਹੈ, ਠੀਕ ਹੈ, ਜਿਹਦੇ ਨਾਲ ਕਿ ਬੱਚਾ ਕਿ ਆਪਣੇ ਗੋਲ ਦੇ ਥੋੜ੍ਹਾ ਨੇੜੇ ਆ ਜਾਂਦਾ, ਤਾਂ ਉਹ ਹੁੰਦੀ ਹੈ ਸਕਾਫੋਲਡਿੰਗ। ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ ਮਤਲਬ ਕੀ ਹੁੰਦਾ? ਇੱਕ ਉਹ ਦਾਇਰਾ ਜਿਹਦੇ ਵਿੱਚ ਆਪਾਂ ਨੂੰ ਪਤਾ ਹੈ ਬੱਚਾ ਜਿਹੜਾ ਕਿ ਤੁਹਾਡੀ ਮਦਦ ਦੇ ਨਾਲ ਇਹ ਚੀਜ਼ ਕੀ ਇੰਨੀ ਕਰ ਲੂਗਾ, ਤਾਂ ਉਹ ਹੁੰਦੀ ਹੈ ਤੁਹਾਡੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਤਾਂ ਇਸ ਦੇ ਵਿੱਚ ਕੀ ਤੁਸੀਂ ਬੱਚੇ ਨੂੰ ਸਕਾਫੋਲਡਿੰਗ ਪ੍ਰੋਵਾਈਡ ਕਰਦੇ ਹੋ। ਸੋਸ਼ਲ ਲਰਨਿੰਗ ਹੋ ਗਈ ਤੁਹਾਡੀ, ਸਮਾਜਿਕ ਸਿੱਖਿਆ ਜਿਹੜੀ ਕਿ ਸਮਾਜ ਦੇ ਵਿੱਚ ਰਹਿ ਕੇ ਹੋਊਗੀ। ਬਟ ਇਹਨੇ ਪੁੱਛਿਆ ਸੀ ਕਿਹੜੀ ਚੀਜ਼ ਸ਼ਾਮਿਲ ਨਹੀਂ ਹੁੰਦੀ, ਤਾਂ ਸਹੀ ਆਨਸਰ ਤੁਹਾਨੂੰ ਦੱਸ ਦਿੱਤਾ ਗਿਆ ਜੀ, ਆਪਸ਼ਨ ਨੰਬਰ ਡੀ, ਤੁਹਾਡਾ ਇੰਟਰਨਲਾਈਜੇਸ਼ਨ ਕੀ ਆਜੂਗਾ ਇਸਦਾ ਸਹੀ ਉੱਤਰ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਪ੍ਰਸ਼ਨ ਦੇ ਵੱਲ, ਹਾਂਜੀ। ਅਤੇ ਅਗਲਾ ਪ੍ਰਸ਼ਨ ਹੈਗਾ ਆਪਣਾ, ਵੈਨ ਅ ਚਾਈਲਡ ਇਜ਼ ਨੋਟ ਏਬਲ ਟੂ ਕੰਸੈਪਚੁਲਾਈਜ਼ਡ ਕੰਜ਼ਰਵੇਸ਼ਨ ਆਫ ਮਾਸ, ਵਿੱਚ ਲੋਜੀਕਲ ਓਪਰੇਸ਼ਨ ਇਜ਼ ਹੀ ਨੋਟ ਏਬਲ ਟੂ ਕੈਰੀ ਆਊਟ, ਠੀਕ ਹੈ। ਹੁਣ ਇੱਕ ਬੱਚਾ ਜੀ ਉਹ ਕੀ ਕਹਿ ਰਿਹਾ, ਪੁੰਜ ਦੀ ਸੰਭਾਲ ਦਾ ਸੰਕਲਪ ਨਹੀਂ ਕਰ ਸਕਦਾ, ਠੀਕ ਹੈ, ਤਾਂ ਕਿਹੜੇ ਤਰਕ ਪੂਰਨ ਕਾਰਜ ਨਹੀਂ ਹੈ, ਤਾਂ ਉਹ ਕਿਹੜੀ ਚੀਜ਼ ਦੇ ਵਿੱਚ ਆ ਜਾਂਦਾ? ਇਕੁਇਲੀਬੇਰੀਅਮ, ਠੀਕ ਹੈ, ਸੰਤੁਲਨ ਦੇ ਵਿੱਚ ਹੈ, ਜਾਂ ਫਿਰ ਅਡਾਪਟੇਸ਼ਨ, ਅਨੁਕੂਲਨ, ਜਾਂ ਫਿਰ ਰਿਵਰਸਿਬਿਲਟੀ, ਜਾਂ ਫਿਰ ਤੁਹਾਡਾ ਇਨਫਰੈਂਸ, ਠੀਕ ਹੈ ਜੀ। ਤਾਂ ਕਿਹੜੀ ਚੀਜ਼ ਆ ਜੂਗੀ?
ਹੁਣ ਇੱਥੇ ਬੱਚਾ ਕੀ ਹੈ ਜੀ, ਉਹ ਕੀ ਤੁਹਾਡੇ ਕੋਨਸੈਪਚੁਅਲ ਕੰਜ਼ਰਵੇਸ਼ਨ ਆਫ ਮਾਸ, ਉਸ ਚੀਜ਼ ਨੂੰ ਕੋਨਸੈਪਟ ਨਹੀਂ, ਉਹਦੀ ਧਾਰਨਾਵਾਂ ਨਹੀਂ ਸਮਝ ਪਾ ਰਿਹਾ, ਠੀਕ ਹੈ। ਨੋਰਮਲ ਤੁਸੀਂ ਐਕਟੀਵਿਟੀ ਕਰਕੇ ਦਿਖਾ ਰਹੇ ਹੋ, ਬੱਚਾ ਕੁਛ ਹੱਦ ਤੱਕ ਸਿੱਖ ਜੂਗਾ, ਬਟ ਹੁਣ ਤੁਸੀਂ ਉਹਨੂੰ ਕੀ ਇਹ ਕੋਨਸੈਪਟ ਸਮਝਾਉਣ ਦੀ ਕੋਸ਼ਿਸ਼ ਕਰ ਰਹੇ, ਤਾਂ ਉਹ ਚੀਜ਼ਾਂ ਬੱਚੇ ਦੇ ਪੱਲੇ ਨਹੀਂ ਪੈ ਰਹੀਆਂ, ਠੀਕ ਹੈ, ਉਹਨੂੰ ਨਹੀਂ ਸਮਝ ਆ ਰਿਹਾ। ਹੁਣ ਜਿਵੇਂ ਆਪਾਂ ਫੋਰ ਇਗਜ਼ਾਮਪਲ ਲੈ ਕੇ ਚੱਲ ਪਈਏ, ਠੀਕ ਹੈ, ਹੁਣ ਇੱਥੇ ਕੀ ਹੈ, ਤੁਸੀਂ ਕੀ ਹੈ ਬੱਚੇ ਨੂੰ ਜਿੱਦਾਂ ਆਪਾਂ ਕਹਿ ਦਈਏ ਜੀ, ਤੁਹਾਡਾ ਜਿੱਦਾਂ ਐਗਜ਼ਾਮਪਲ ਲੈ ਲਈਏ, ਆਪਾਂ ਕੋਈ ਏਰੀਆ ਵੋਲਿਊਮ ਦੇ ਬੱਚੇ ਨੂੰ ਫਾਰਮੂਲੇ ਪੜ੍ਹਾ ਰਹੇ ਹਾਂ, ਠੀਕ ਹੈ, ਹੁਣ ਉਹ ਏਰੀਆ ਵੋਲਿਊਮ ਉਹਨੂੰ ਕੀ ਪਤਾ, ਠੀਕ ਹੈ ਜੀ, ਇਹਨਾਂ ਚੀਜ਼ਾਂ ਦੀ ਉਹਦੀ ਹਜੇ ਸਮਝ ਨਹੀਂ ਬਣੀ, ਉਹਦੀ ਪਕੜ ਨਹੀਂ ਬਣੀ। ਹਾਂ ਉਹ ਕੀ ਕਰ ਲੂਗਾ, ਰੱਟਾ ਜ਼ਰੂਰ ਮਾਰ ਲੂਗਾ, ਬਟ ਕੋਨਸੈਪਟ ਨਹੀਂ ਨਾ ਹਜੇ ਸਮਝ ਰਿਹਾ ਬੱਚਾ, ਤਾਂ ਫਿਰ ਇਹ ਕਿਹੜੀ ਚੀਜ਼ ਆ ਜਾਊਗਾ, ਉਹ ਆਪਣੇ ਲੌਜਿਕ ਨਹੀਂ ਲਗਾ ਪਾ ਰਿਹਾ, ਠੀਕ ਹੈ, ਤਾਂ ਤੁਹਾਡੀ ਸਾਹਮਣੇ ਪੱਕੀ ਪਕਾਈ ਚੀਜ਼ ਜਿਹੜੀ ਹੈਗੀ ਉਹ ਤਾਂ ਗੇਨ ਕਰ ਜੂਗਾ, ਅਦਰਵਾਈਜ਼ ਆਪਣੇ ਲੌਜਿਕ ਨਹੀਂ ਲਗਾ ਪਾਊਗਾ, ਤਾਂ ਫਿਰ ਇਹ ਚੀਜ਼ ਕਿਹੜੀ ਆ ਜੂਗੀ ਤੁਹਾਡੀ। ਇਹਦੇ ਵਿੱਚ ਆ ਜੂ ਤੁਹਾਡਾ ਸੀ ਆਪਸ਼ਨ ਜੀ, ਰਿਵਰਸੀਬਿਲਟੀ, ਤਾਂ ਇਹਦਾ ਕੀ ਰਹੇ ਤੁਹਾਡਾ ਧਿਆਨ ਰੱਖਣਾ ਤੁਸੀਂ, ਸਹੀ ਉੱਤਰ ਕੀ ਆ ਜੂਗਾ ਤੁਹਾਡਾ, ਆਪਸ਼ਨ ਨੰਬਰ ਸੀ, ਠੀਕ ਹੈ, ਰਿਵਰਸੀਬਿਲਟੀ, ਮਤਲਬ ਕਿ ਇਹ ਚੀਜ਼ ਨਹੀਂ ਬੱਚਾ ਸਿੱਖਿਆ ਹਜੇ ਤੱਕ। ਚਲੋ ਇਸ ਤੋਂ ਬਾਅਦ ਨੈਕਸਟ ਆ ਗਈ ਤੁਹਾਡੀ ਅਗਲਾ ਪ੍ਰਸ਼ਨ, ਹਾਂਜੀ ਅਗਲਾ ਪ੍ਰਸ਼ਨ ਹੈਗਾ, ਦਾ ਆਈਡੀਆ ਆਫ ਦੈਟ ਰਿਗਾਰਡ ਲੈਂਗੁਏਜ ਐਜ ਅ ਯੂਨੀਕਲੀ ਹਿਊਮਨ ਅਕਿਊਮਲਾਈਜਮੈਂਟ ਐਂਡ ਟੈਸਟ ਇਨ ਦਾ ਸਟਰਕਚਰ ਆਫ ਦਾ ਬ੍ਰੇਨ, ਸਟਰਕਚਰ ਆਫ ਦਾ ਬ੍ਰੇਨ ਕੈਨ ਬੀ ਕਾਲਡ, ਠੀਕ ਹੈ, ਤਾਂ ਕੀ ਕਹਿ ਸਕਦੇ, ਕਹਿੰਦੇ ਭਾਸ਼ਾ ਨੂੰ ਇੱਕ ਵਿਲੱਖਣ ਮਨੁੱਖੀ ਪ੍ਰਾਪਤੀ ਦੇ ਰੂਪ ਵਿੱਚ ਮੰਨਣ ਦੇ ਵਿਚਾਰ ਨੂੰ ਦਿਮਾਗ ਦੀ ਬਣਤਰ ਵਿੱਚ ਉਕਸਾਰਿਆ ਹੈ ਕਿਸੇ ਨੇ, ਠੀਕ ਹੈ, ਕਿਹਨਾਂ ਨੇ ਕਿਹਾ ਜਾ ਸਕਦਾ, ਕਿਹਨਾਂ ਦੁਆਰਾ, ਕਿ ਬਿਹੇਵੀਅਰਿਸਟ ਦੁਆਰਾ ਜਾਂ ਫਿਰ ਤੁਹਾਡੇ ਸਾਈਕੋ ਅਨੈਲਿਟਿਕ ਦੁਆਰਾ ਜਾਂ ਫਿਰ ਨੇਟਿਵਿਸਟ ਦੁਆਰਾ ਜਾਂ ਫਿਰ ਤੁਹਾਡੇ ਕੰਸਟਰਕਟਿਵਿਜ਼ਮ ਦੁਆਰਾ, ਠੀਕ ਹੈ, ਤਾਂ ਫਿਰ ਇਹਦਾ ਸਹੀ ਉੱਤਰ ਆਊਗਾ ਜੀ ਤੁਹਾਡਾ ਨੇਟਿਵਿਸਟ, ਨੋਮ ਚੌਮਸਕੀ ਵਰਗੇ ਹੋ ਗਏ, ਠੀਕ ਹੈ, ਤੁਹਾਡਾ ਬੈਂਜਾਮਿਨ ਲੀ ਵੋਲਫ ਜਿਹੜਾ ਹੋ ਗਿਆ ਉਹ ਵੀ ਤੁਹਾਡਾ ਕੀ ਨੇਟਿਵਿਸਟ ਦੇ ਵਿੱਚ ਆ ਜਾਣਗੇ, ਤਾਂ ਤੁਹਾਡਾ ਕੀ ਆਜੂਗਾ ਇੱਥੇ ਸਹੀ ਆਪਸ਼ਨ ਆਜੂਗਾ ਜੀ ਨੇਟਿਵਿਸਟ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਤੁਹਾਡਾ ਅਗਲਾ ਪ੍ਰਸ਼ਨ, ਠੀਕ ਹੈ ਜੀ, ਇਸ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਵੱਲ, ਅਤੇ ਅਗਲਾ ਪ੍ਰਸ਼ਨ ਹੈਗਾ, ਵਿਚ ਆਫ ਦਾ ਫੋਲੋਇੰਗ ਇਜ਼ ਇਨ ਇੰਪੋਰਟੈਂਟ ਫੋਰ ਲੈਂਗੁਏਜ ਪ੍ਰੋਡਕਸ਼ਨ ਇਨ ਅ ਹਿਊਮਨਸ, ਤਾਂ ਭਾਸ਼ਾ ਦੇ ਵਿਕਾਸ ਦੇ ਲਈ, ਠੀਕ ਹੈ, ਕਿਹੜੀ ਚੀਜ਼ ਹੈ ਬੰਦੇ ਦੇ ਜਿਹੜੇ ਹੈਗੇ ਵਿੱਚ ਕਿ ਜ਼ਰੂਰੀ ਹੈ, ਠੀਕ ਹੈ, ਕਿਹੜੀ ਭਾਸ਼ਾ ਦੇ ਉਤਪਾਦਨ ਦੇ ਲਈ ਇਹਨਾਂ ਵਿੱਚੋਂ ਕਿਹੜਾ ਮਹੱਤਵਪੂਰਨ ਤੱਤ ਹੈ, ਕਿ ਰਾਈਟ ਹੈਮੀਸਫੇਅਰ, ਠੀਕ ਹੈ, ਸੱਜਾ ਗੋਲਾ, ਤੁਹਾਡਾ ਅਰਧ ਗੋਲਾ, ਹੈਮੀਸਫੇਅਰ ਦਾ ਮਤਲਬ ਹੁੰਦਾ ਹੈ ਅਰਧ ਗੋਲਾ, ਠੀਕ ਹੈ, ਸੱਜਾ ਅੱਧਾ ਗੋਲਾ ਜਾਂ ਫਿਰ ਤੁਹਾਡਾ ਪਾਰਸ਼ੀਅਲ ਲੋਬ, ਪੈਰੀਟਲ ਲੋਬ, ਪੈਰੀਟਲ ਲੋਬ ਜਾਂ ਫਿਰ ਤੁਹਾਡਾ ਵਰਨਿਕ ਦਾ ਖੇਤਰ ਜਾਂ ਫਿਰ ਤੁਹਾਡਾ ਬ੍ਰੋਕਾਸ ਏਰੀਆ, ਤਾਂ ਇਹਦਾ ਸਹੀ ਉੱਤਰ ਆਊਗਾ ਤੁਹਾਡਾ, ਕਿਹੜੀ ਚੀਜ਼ ਹੈ ਜਿਹੜੀ ਲੈਂਗੁਏਜ ਪ੍ਰੋਡਕਸ਼ਨ ਦੇ ਲਈ ਰਿਸਪੋਂਸੀਬਲ ਹੈ, ਤਾਂ ਸਹੀ ਉੱਤਰ ਆਜੂਗਾ ਜੀ ਤੁਹਾਡਾ ਆਪਸ਼ਨ ਨੰਬਰ ਡੀ, ਬ੍ਰੋਕਾਸ ਏਰੀਆ। ਹੁਣ ਇਹ ਬ੍ਰੋਕਾਸ ਏਰੀਆ ਕੀ ਹੈ, ਬ੍ਰੋਕਾਸ ਏਰੀਆ ਤੁਹਾਡਾ ਹੈਗਾ ਇੱਕ ਹਿਊਮਨ ਮਾਇੰਡ ਦਾ ਹੀ ਇੱਕ ਪਾਰਟ ਹੈ ਜੀ, ਠੀਕ ਹੈ, ਹਿਊਮਨ ਮਾਇੰਡ ਦਾ ਹੀ ਇੱਕ ਪਾਰਟ ਹੈ ਜਿਹੜਾ ਕਿ ਤੁਹਾਡਾ ਜੋ ਮਾਇੰਡ ਹੈ ਨਾ ਉਸਦਾ ਜੋ ਲੈਫਟ ਹੈਮੀਸਫੀਅਰ ਆ ਉੱਥੇ ਹੈ ਜੀ ਇਹ, ਠੀਕ ਹੈ, ਤਾਂ ਉਹ ਕਿਹੜੇ ਕਿ ਬ੍ਰੋਨਾ ਬ੍ਰੋਕਾਸ ਏਰੀਆ ਜਿਹੜੀ ਕਿ ਰਿਸਪੋਂਸੀਬਲ ਹੈ, ਕਿਸ ਚੀਜ਼ ਦੇ ਲਈ ਰਿਸਪੋਂਸੀਬਲ ਹੈ, ਭਾਸ਼ਾ ਦੇ ਵਿਕਾਸ ਦੇ ਲਈ ਰਿਸਪੋਂਸੀਬਲ ਹੈ, ਠੀਕ ਹੈ, ਸਪੀਚ ਦੇ ਲਈ ਰਿਸਪੋਂਸੀਬਲ ਹੈ, ਤੁਹਾਡੀ ਕਿ ਜੋ ਆਪਣੀ ਗੱਲਬਾਤ ਆਪਾਂ ਕਰਦੇ ਹਾਂ ਉਸੇ ਜਿਹੜੀ ਕਿ ਇਹਦੀ ਤੁਹਾਡੀ ਕੰਪਰੀਹੈਂਸ਼ਨ ਦੀ ਵਿਆਖਿਆ ਦੇ ਲਈ ਰਿਸਪੋਂਸੀਬਲ ਹੈ, ਤਾਂ ਫਿਰ ਇੱਥੇ ਭਾਸ਼ਾ ਦੀ ਗੱਲ ਹੋ ਰਹੀ ਹੈ ਨਾ, ਭਾਸ਼ਾ ਦੇ ਵਿਕਾਸ ਦੇ ਲਈ ਕਿਹੜੀ ਚੀਜ਼ ਜ਼ਰੂਰੀ ਹੈ, ਤੁਹਾਡੀ ਕਿਹੜੀ ਚੀਜ਼ ਰਿਸਪੋਂਸੀਬਲ ਹੈ, ਤਾਂ ਖੱਬੇ ਦਿਮਾਗ ਦੇ ਜਿਹੜਾ ਤੁਹਾਡੇ ਦਿਮਾਗ ਦਾ ਖੱਬਾ ਹਿੱਸਾ ਜਿਹੜਾ ਹੈਗਾ ਉੱਥੇ ਤੁਹਾਡਾ ਬ੍ਰੋਕਾਸ ਏਰੀਆ ਉਹ ਰਿਸਪੋਂਸੀਬਲ ਹੈ ਜੀ ਤੁਹਾਡੀ ਲੈਂਗੁਏਜ ਡਿਵੈਲਪਮੈਂਟ ਦੇ ਲਈ, ਠੀਕ ਹੈ, ਸਪੀਚ ਪ੍ਰੋਡਕਸ਼ਨ ਦੇ ਲਈ, ਤਾਂ ਧਿਆਨ ਰਹੇ ਬ੍ਰੋਕਾਸ ਏਰੀਆ। ਨੈਕਸਟ ਆ ਜਾਂਦਾ ਆਪਣਾ ਅਗਲਾ ਪ੍ਰਸ਼ਨ,
ਹਾਂਜੀ ਚਲੋ ਹੋ ਚੁੱਕੇ ਨੇ ਆਪਣੇ ਅੱਜ ਦੇ ਪ੍ਰਸ਼ਨ। ਚਲੋ ਜੀ, ਤਾਂ ਫਿਰ ਇਹ ਸੀਗੇ ਤੁਹਾਡੇ ਕੁਝ ਹੋਰ ਐਮ ਸੀ ਕਿਊਸ, ਠੀਕ ਹੈ, ਜਿਹੜੇ ਕਿ ਪ੍ਰੀਵੀਅਸ ਪੇਪਰ 'ਚੋਂ ਹੀ ਰਹਿ ਗਏ ਨੇ, ਕੁਝ ਕੁ ਕੁਸ਼ਚਨ ਹੋ ਗਏ ਆਪਣੇ ਅਜੇ ਜਿਹੜੇ ਕਿ ਦੁਬਾਰਾ ਰਿਪੀਟ ਹੋ ਗਏ। ਚਲੋ ਕੋਈ ਗੱਲ ਨਹੀਂ, ਠੀਕ ਹੈ, ਤਾਂ ਫਿਰ ਨੈਕਸਟ ਕਲਾਸ ਦੇ ਵਿੱਚ ਆਪਾਂ ਇਸ ਤੋਂ ਨੈਕਸਟ ਅਗਲੇ ਐਮ ਸੀ ਕਿਊਸ ਕਰਾਂਗੇ। ਹੋਪ ਸੋ ਤੁਹਾਨੂੰ ਸਮਝ ਆਇਆ, ਜੇ ਕੁਝ ਸਮਝ ਨਹੀਂ ਆਇਆ ਤਾਂ ਕੋਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਕੁਸ਼ਚਨ ਪੁੱਛ ਸਕਦੇ ਹੋ, ਤੁਹਾਨੂੰ ਪੱਕਾ ਉਸ ਚੀਜ਼ ਦਾ ਰਿਸਪੋਂਸ ਮਿਲੇਗਾ ਜੀ। ਠੀਕ ਹੈ, ਤਾਂ ਫਿਰ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਕਰਨਾ ਕੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣ ਟਾਈਮ 'ਤੇ। ਠੀਕ ਹੈ, ਅਤੇ ਇਹ ਵੀਡੀਓਜ਼ ਤੋਂ ਤੁਹਾਨੂੰ ਜਿਹੜੀ ਸੀਰੀਜ਼ ਆ ਹੁਣੇ ਤੁਹਾਨੂੰ ਕੰਟੀਨਿਊਸਲੀ ਮਿਲਣਗੇ ਹੀ ਮਿਲਣਗੇ, ਜਦੋਂ ਤੱਕ ਤੁਹਾਡਾ ਪੇਪਰ ਨਹੀਂ ਹੋ ਜਾਂਦਾ। ਪ੍ਰੀਵੀਅਸ ਪੇਪਰ ਦੇ ਕੁਸ਼ਚਨਸ ਵੀ ਕਰਾਂਗੇ, ਪਲੱਸ ਆਪਾਂ ਜਿਹੜੇ ਕਿ ਤੁਹਾਡੇ ਹੋਰ ਐਕਸਪੈਕਟਡ ਜਿਹੜੇ ਐਮ ਸੀ ਕਿਊਜ਼ ਨੇ ਉਹਨਾਂ ਨੂੰ ਵੀ ਡਿਸਕਸ ਕਰਾਂਗੇ। ਤਾਂ ਅੱਜ ਲਈ ਇੰਨਾ ਹੀ, ਧੰਨਵਾਦ। ਹਾਂਜੀ, ਕਲਾਸ ਕਵਰ ਹੋਈ ਤੁਹਾਡੀ, ਹੋਪ ਸੋ ਇਹ ਕਲਾਸਿਸ ਆ ਜਿਹੜੀਆਂ ਤੁਹਾਡੇ ਪੀ ਐੱਸ ਟੈਟ ਪ੍ਰੀਪਰੇਸ਼ਨ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਕਰ ਰਹੀਆਂ ਹੋਣਗੀਆਂ। ਇਸ ਤੋਂ ਇਲਾਵਾ ਪੀ ਐੱਸ ਟੈਟ ਦੀ ਪ੍ਰੀਪਰੇਸ਼ਨ ਨੂੰ ਇੱਕ ਵੱਡਾ ਪੁਸ਼ ਦੇਣ ਦੇ ਲਈ ਅਸੀਂ ਤੁਹਾਡੇ ਲਈ 30,000 ਪਲੱਸ ਐਮ ਸੀ ਕਿਊਜ਼ ਦੀ ਟੈਸਟ ਸੀਰੀਜ਼ ਲੈ ਕੇ ਆਏ ਹਾਂ, ਅਤੇ ਇਹ ਟੈਸਟ ਸੀਰੀਜ਼ ਤੁਹਾਨੂੰ ਸਿਰਫ 299 ਦੇ ਮਿਨੀਮਮ ਪ੍ਰਾਈਜ਼ ਤੋਂ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ, ਉੱਥੋਂ ਇਸਦੀ ਸਟਾਰਟਿੰਗ ਹੈ। ਅਤੇ ਇਸ ਨੂੰ ਤੁਹਾਨੂੰ ਕੋਈ 6 ਮਹੀਨਿਆਂ ਦੇ ਲਈ ਜਾਂ ਸਾਲ ਦੇ ਲਈ ਲੈਣਾ ਕੰਪਲਸਰੀ ਨਹੀਂ ਹੈ, ਤੁਹਾਡੀ ਚੋਇਸ ਹੈ। ਤਾਂ ਅਗਰ ਤੁਸੀਂ ਮੰਥਲੀ ਬਾਏ ਕਰਨਾ ਚਾਹੁੰਦੇ ਹੋ 3 ਮੰਥ ਲਈ, 6 ਮਹੀਨਿਆਂ ਲਈ ਜਾਂ 12 ਮਹੀਨਿਆਂ ਲਈ, ਉਹ ਤੁਹਾਡੀ ਚੋਇਸ ਰਹੇਗੀ। 30,000 ਪਲੱਸ ਐਮ ਸੀ ਕਿਊ ਅਸੀਂ ਵੱਖੋ ਵੱਖਰੇ ਸਰੋਤਾਂ ਤੋਂ ਇਹਦੇ ਵਿੱਚ ਕੰਬਾਈਨ ਕੀਤੇ, ਅਤੇ ਟੈਸਟ ਸੀਰੀਜ਼ ਇੰਨੀ ਕੁ ਜ਼ਿਆਦਾ ਅਸੀਂ ਬੈਟਰ ਬਣਾਈ ਹੈ ਕਿ ਅਗਰ ਤੁਸੀਂ ਪ੍ਰੀਪਰੇਸ਼ਨ ਕਰ ਵੀ ਨਹੀਂ ਪਾ ਰਹੇ ਜਾਂ ਤੁਹਾਡੀ ਪ੍ਰੀਪਰੇਸ਼ਨ ਵੀਕ ਚੱਲ ਰਹੀ ਹੈ, ਤੁਸੀਂ ਟੈਸਟ ਸੀਰੀਜ਼ ਨੂੰ ਵਾਰ ਵਾਰ ਰਿਪੀਟ ਕਰ ਲੈਂਦੇ ਹੋ ਤਾਂ ਤੁਹਾਡਾ ਪੀ ਐੱਸ ਟੈਟ ਕਾਫੀ ਹੱਦ ਤੱਕ ਉਹਦੇ ਕਲੀਅਰ ਹੋਣ ਦੇ ਚਾਂਸਸ ਬਣੇ ਰਹਿਣਗੇ। ਇਹ ਟੈਸਟ ਸੀਰੀਜ਼ ਤੁਹਾਨੂੰ ਮਿਲੇਗੀ ਜੀ DD ਅਕੈਡਮੀ ਭੀਖੀ ਐਪ ਦੇ ਉੱਪਰ, ਅਤੇ ਇਹ ਐਪ ਤੁਹਾਨੂੰ ਪਲੇ ਸਟੋਰ ਐਂਡ ਐਪ ਸਟੋਰ ਦੋਨਾਂ ਦੇ ਉੱਪਰ ਅਵੇਲੇਬਲ ਮਿਲੇਗੀ।